ਅਸਲਾਮ ਅਲੈਕਮ ਜੀ, ਕੀ ਹਾਲ ਚਾਲ ਨੇ ਸਾਰੇ ਦੋਸਤਾਂ ਦੇ? ਠੀਕ ਠਾਕ ਖੈਰ ਖਰੀਦ ਦੇ ਨਾਲ ਹੋ? ਅੱਜ ਬੜੀ ਦੇਰ ਬਾਅਦ ਉਸਤਾਦ ਦਿਲਬਰ ਹੁਸੈਨ ਉਲ ਬੋਧੀ ਸਾਹਿਬ ਦੇ ਨਾਲ ਟਾਈਮ ਮਿਲਿਆ ਬਣਿਆ ਸਾਡਾ, ਔਰ ਮੈਂ ਉਹਨਾਂ ਨੂੰ ਕਿਹਾ ਕਿ ਆਪਣੇ ਬਰੀਡਰ ਕਬੂਤਰਾਂ ਦਾ ਸ਼ੌਕ ਕਰਾਓ, ਸਾਰੇ ਦੋਸਤ ਜਿਹੜੇ ਨੇ ਉਹ ਮੁੰਤਜ਼ਰ ਰਹਿੰਦੇ ਆ, ਔਰ ਹਮੇਸ਼ਾ ਹੀ ਮਤਲਬ ਜਿਹੜੇ ਸਿਆਲਕੋਟੀ ਕਬੂਤਰ ਨੇ ਉਹਨਾਂ ਨੂੰ ਲੋਕਾਂ ਨੇ ਜ਼ਿਆਦਾ ਤਰਜੀਹ ਦਿੱਤੀ ਹੈ ਬਰੀਡਿੰਗ ਦੇ ਵਿੱਚ, ਕ੍ਰੋਸ ਦੇ ਵਿੱਚ। ਅਤੇ ਉਸਤਾਦ ਹੋਣਾ ਨੂੰ ਫਿਰ ਮੈਂ ਫੋਨ ਕੀਤਾ ਕੱਲ੍ਹ, ਫਿਰ ਅੱਜ ਦਾ ਟਾਈਮ ਬਣਿਆ ਅਤੇ ਅੱਜ ਚਾਏ ਸ਼ਾਏ ਪੀ ਕੇ ਹਟਿਆ, ਅਤੇ ਮੈਂ ਕਿਹਾ ਚਲੋ ਤੁਹਾਨੂੰ ਸਾਰੇ ਦੋਸਤਾਂ ਨੂੰ ਵੀ ਨਾਲ ਲਈਏ। ਉਸਤਾਦ ਨੇ ਕੁਝ ਆਪਣੇ ਟੈਡੀ ਕਬੂਤਰ ਵੀ ਬਣਾਏ ਨੇ, ਔਰ ਕੁਛ ਆਪਣੇ ਜਿਹੜੇ ਪੁਰਾਣੇ ਉਹਨਾਂ ਦੇ ਕਬੂਤਰ ਨੇ ਉਹ ਵੀ ਕੋਲ ਨੇ ਮਾਸ਼ਾਅੱਲਾ। ਚਾਏ ਸ਼ਾਏ ਪੀ ਕੇ ਹਟੇ ਆ, ਉਸਤਾਦ ਹੋਣੀ ਬੜੀ ਸੇਵਾ ਕਰਦੇ ਆ, ਇਹਨਾਂ ਦੀ ਮਿਹਰਬਾਨੀ ਆ। ਸਾਹਮਣੇ ਬੈਠੇ, ਅਸਲਾਮ ਅਲੈਕਮ ਉਸਤਾਦ ਜੀ, ਕੀ ਹਾਲ ਚਾਲ ਹੈ? ਠੀਕ ਹੋ, ਖੈਰ ਕਰੀਏ? ਤੇ ਉਸਤਾਦ ਜੀ, ਇੰਨੀ ਦੇਰ ਕਿੱਥੇ ਲੁਕੇ ਰਹੇ ਹੋ ਪਹਿਲੇ ਇਹ ਦੱਸੋ? ਤੇ ਕੰਮ ਸ਼ਾਮ ਦੇ ਵਿੱਚ ਕਿੱਥੇ ਰਹੇ ਹੋ ਤੁਸੀਂ, ਮਤਲਬ ਬਿਜ਼ੀ ਰਹੇ? ਕੰਮ ਫੈਕਟਰੀ ਦਾ ਮੇਰੇ ਕੋਲ ਲੂੰਗਾ ਵਰ ਦਾ ਠੇਕਾ, ਉਹ ਦੇ ਸਿਲਸਿਲੇ ਵਿੱਚ ਫਿਰ ਕਾਰੋਬਾਰ ਤੇ ਚੱਲਦਾ ਹੋਣਾ, ਪਹਿਲੇ ਕੰਮ ਤੇ ਫਿਰ ਸਾਰਾ ਕੁਝ। ਬਿਲਕੁਲ ਠੀਕ, ਬਿਲਕੁਲ ਠੀਕ। ਤੇ ਕੰਮ ਨਾਲ ਜ਼ਿਆਦਾ ਪਿਆਰ ਕਰੀਦਾ, ਕਬੂਤਰਾਂ ਨਾਲ ਵੀ ਕਰੀਦਾ ਵਾ ਤੇ ਦੋਸਤਾਂ ਨਾਲ ਵੀ ਕਰੀਦਾ। ਤੇ ਕਿੰਨੇ ਅਰਸੇ ਤੋਂ ਕਬੂਤਰਬਾਜ਼ੀ ਦਾ ਤੁਹਾਨੂੰ ਸ਼ੌਕ ਹੈ? ਮੈਂ ਤਾਂ ਸਕੂਲ ਪੜ੍ਹਦੇ ਜਦੋਂ ਕਬੂਤਰ ਪਕੜਿਆ, ਇਨਸ਼ਾ ਅੱਲਾਹ 82 ਤੋਂ ਮੈਂ ਬਾਜ਼ੀਆਂ ਸ਼ਾਗਿਰਦੀ ਸ਼ੁਰੂ ਕੀਤੀਆਂ, ਫਿਰ ਉਸਤਾਦੀ ਦੀਆਂ ਉਡਾਈਆਂ, ਹਾਜੀ ਇਕਬਾਲ ਸਾਹਿਬ ਨਾਲ, ਇਹਨਾਂ ਦੇ ਅੱਜ ਕੱਲ੍ਹ ਉਸਤਾਦ ਨੇ ਉਹ। ਤੇ ਖਿਲਾਫ ਦੀਆਂ ਬਾਜ਼ੀਆਂ ਉਡਾਈਆਂ, ਠੀਕ ਹੈ, ਸ਼ਾਗਿਰਦੀ ਦੀਆਂ ਉਡਾਈਆਂ, ਇਨਸ਼ਾ ਅੱਲਾਹ ਬੜੇ ਅੱਛੇ ਰਿਜ਼ਲਟ ਰਹੇ ਨੇ। ਮੇਰਾ ਭਾਈ ਛੋਟਾ ਕੋਲ ਬੈਠਾ ਹੋਇਆ ਇਸ ਇਲਾਕੇ ਦਾ ਵਾ, ਸ਼ਾਮ ਤੱਕ ਕਬੂਤਰ ਉਦੋਂ ਬੈਠੇ ਸਨ, 85, 90, 92, 91। ਮੈਂ ਪਹਿਲੇ ਦੱਸਤਾ, 7-8 ਤੱਕ ਕਬੂਤਰ ਬੈਠੇ ਇੱਥੇ ਬਾਜ਼ੀ 'ਚ, ਮਿਹਨਤ ਕਰਕੇ ਉਡਾਓ ਉੱਡਦੇ, ਔਰ ਘਰ ਦੀ ਸਿਆਣ ਇਹਨਾਂ ਕਬੂਤਰਾਂ ਤੋਂ ਅੱਗੇ ਨਹੀਂ ਹੈ। ਜ਼ਿੰਦਗੀ ਹੋ ਗਈ ਕਬੂਤਰਬਾਜ਼ੀ ਕਰਦਿਆਂ, ਹਰ ਸਾਲ 2-4 ਛੱਤਾਂ ਨੂੰ ਜੱਫਾ ਮਾਰੀਦਾ, ਲੇਕਿਨ ਕੋਈ ਬੰਦਾ ਪਸੰਦ ਆ ਗਿਆ, ਕੋਈ ਨਾ ਆਇਆ, ਜਿੱਥੇ ਸਾਡੀ ਸਮਝ 'ਚ ਨਹੀਂ ਬੰਦੇ ਆਉਂਦੇ, ਉਹ ਸੋਚੀਆ ਪਈ ਇੱਕ ਨੂੰ ਕਿ ਅਸਲਾਮ ਅਲੈਕੁਮ। ਜਿਹੜੇ ਕੋਈ ਬੰਦੇ ਪਿਆਰ ਵਾਲੇ ਹੋਣ, ਉੱਥੇ ਫਿਰ ਜਾਣ ਵੀ ਦੇਣੀ ਪੈਂਦੀ, ਉਡਾਈ ਦੇ ਵੀ ਕਬੂਤਰ। ਇਸ ਤਰ੍ਹਾਂ ਹੀ ਆ ਸਾਜ, ਕੋਈ ਸ਼ੱਕ ਨਹੀਂ। ਅੱਜ ਕੱਲ੍ਹ ਟਰੰਡ ਚੱਲਿਆ ਹੋਇਆ ਵਾ, ਮੋਟੀ ਵਾਲ ਤੇ ਮਤਲਬ ਗੋਲੀ ਦਾ ਨਾਂ ਵਾ, ਚਲੋ ਅਸੀਂ ਵੀ ਇਸਤੇਮਾਲ ਕੀਤੀ 94 'ਚ, ਸ਼ਾਇਦ 2003, 2004, 2005, 2006 ਵਾਲੇ ਉਸਤਾਦਾਂ ਨੂੰ ਇਹ ਮੈਂ ਸਮਝਾਵਾਂ ਕਿ ਮੈਂ 94 'ਚ ਇਸਤੇਮਾਲ ਕੀਤੀਆਂ ਗੋਲੀਆਂ, ਔਰ ਇਹ ਹੈ ਕਿ ਉੱਡਦੇ ਨਹੀਂ ਇਹਦੇ ਨਾਲ ਬੂਟੀ ਵਾਲੇ ਬੋਲਣਾ। ਅਗਰ ਅਸੀਂ ਇਹਨੂੰ ਰੋਜ਼ਾਨਾ ਵੀ 45 ਗਰਮੀ ਸੀਗੀ, ਰੋਜ਼ਾਨਾ ਵੀ ਕਬੂਤਰ ਉੱਡੇ ਉਸੇ ਟਾਈਮ 'ਚ। ਅੱਛਾ ਜੀ, ਉਦੋਂ ਹੀ ਇਸਤੇਮਾਲ ਕੀਤੀ, ਵਰਨਾ ਹਰ ਰੋਜ਼ ਅਸੀਂ ਇਹਨੂੰ ਇਸਤੇਮਾਲ ਨਹੀਂ ਕਰਦੇ ਇਹਨਾਂ ਚੀਜ਼ਾਂ ਨੂੰ। ਸਾਡੇ ਕੋਲ ਦੇਸੀ ਚੀਜ਼ਾਂ ਵਾ, ਦੇਸੀ ਦੀਆਂ ਲੋਕਾਂ ਨੂੰ ਅੱਜ ਤੱਕ ਤਾਂ ਕਿਸੇ ਨੇ ਗੋਲੀ ਮੈਂ ਦੱਸੀ ਨਹੀਂ, ਪੁੱਛਦੇ ਲੋਕ, ਮੈਂ ਕਹਿੰਦਾ ਭਾਈ ਇਹ ਚੀਜ਼ ਦੇ ਤੇਰੇ ਨਾਲ ਕੋਈ ਸਾਡਾ। ਉਸਤਾਦ ਜੀ, ਅੱਜ ਕੱਲ੍ਹ ਬੱਚਿਆਂ ਦਾ ਅੱਗੇ ਸੀਜ਼ਨ ਸਟਾਰਟ ਹੋ ਰਿਹਾ, ਲੋਕ ਬੱਚੇ ਛੱਡ ਰਹੇ ਨੇ, ਦੇਖ ਰਹੇ ਨੇ, ਬੱਚਿਆਂ ਦੀ ਫਿਟਨੈਸ ਵਾਸਤੇ ਕੋਈ ਇਹਤਿਆਤੀ ਤਦਾਬੀਰ ਕੋਈ ਤੁਸੀਂ ਦੱਸਣੀ ਚਾਹੋਗੇ ਕਿ ਅੱਜ ਕੱਲ੍ਹ ਕੀ ਪਾਣੀ ਬਣਾ ਕੇ ਪਾਓ ਜਿਹਦੇ ਨਾਲ ਫਿਟ ਰਹਿਣ? ਦੇਖੋ, ਮੈਂ ਇੱਕ ਅਰਜ਼ ਕਰਾਂ ਅਤੇ ਕੋਈ ਦੋਸਤ ਇਹਨੂੰ ਪੂਰੇ ਤਰੀਕੇ ਨਾਲ ਯਾਦ ਰੱਖਣ, ਫਿਰ ਪੁੱਛਦੇ ਦੁਬਾਰਾ ਯਾਦ ਰੱਖਣ, ਦੱਸਾਂਗਾ ਵੀ ਚੀਜ਼ਾਂ ਉਹ ਹੀ ਹੈ ਜਿਹੜੀਆਂ ਹਰ ਉਸਤਾਦ ਇਸਤੇਮਾਲ ਕਰਦਾ। ਅੱਛਾ ਜੀ, ਅਕਲ ਆਪਣੀ ਆਪਣੀ। ਟੀਕਾ ਉਹੀ ਹੈ, ਕਿਸੇ ਕੋਲ ਡਾਕਟਰ ਕੋਲ ਮਰੀਜ਼ ਮਰ ਜਾਂਦਾ, ਕੋਈ ਠੀਕ ਕਰ ਦਿੰਦਾ, ਠੀਕ ਹੈ, ਅਤੇ ਉਹੀ ਹੈ ਨਾ, ਠੀਕ ਹੈ, ਦਵਾਈ ਵੀ ਉਹੀ ਹੈ, ਕਿਸੇ ਨੇ ਆ ਦੇਣੀ। ਪਹਿਲਾ ਨੰਬਰ 'ਤੇ ਮੈਂ ਦੇਸੀ ਜਵਾਨ ਨੂੰ ਅੱਗੇ ਵੀ ਤੁਹਾਨੂੰ ਵੀ ਕਹਿ ਚੁੱਕਿਆ, ਉਦੋਂ ਮੈਂ ਸਮੁੰਦਰੀ ਵੀ ਕਿਹਾ ਸੀ ਕਿ ਬਹੁਤ ਆਲਾ ਚੀਜ਼ ਆ, ਕਬੂਤਰ ਦੇ ਬੁਖਾਰ ਵਾਸਤੇ, ਹਾਜ਼ਮੇ ਵਾਸਤੇ, ਅਸੀਂ ਇਹਨੂੰ ਮਾਂ ਹੀ ਕਹਿੰਦੇ ਹਾਂ, ਠੀਕ ਹੈ ਨਾ ਜੀ? ਠੀਕ ਹੈ। ਅਨਾਰਦਾਣਾ ਮੁੱਠੀ ਦਾ ਚੀਜ਼ ਯਾਦ ਰੱਖਣ ਦੁਨੀਆ, ਅਤੇ ਮੈਂ ਮਕਦਾਰ ਦੱਸਾਂਗਾ, ਉਸਤਾਦ ਪੀਰ ਸੈਯਦ ਨਿਯਾਬ ਅਦਲ ਦੇ ਸ਼ਾਗਿਰਦ ਹੈਗੇ ਆ, ਮੁਹੰਮਦ ਅਦਰੀਸ ਉਸਤਾਦ ਟੋਕੇ ਵਾਲੇ, ਠੀਕ ਹੈ ਨਾ ਜੀ, ਲਾਹੌਰ ਦੇ ਵਿੱਚ, ਉਹਨਾਂ ਨੇ ਮੇਰੇ ਕੋਲ ਚੀਜ਼ਾਂ ਪੁੱਛੀਆਂ, ਅੱਜ ਤੱਕ ਕੋਈ ਯਾਦ ਹੀ ਕਰਦੇ ਕਿ ਉਸਤਾਦ ਜੀ ਕਿਆ ਬਾਤ ਹੈ। ਅੱਛਾ ਜੀ, ਔਰ ਉਹਨਾਂ ਨੇ ਆਪਣੇ ਸ਼ਾਗਿਰਦਾਂ ਨੂੰ ਅੱਗੇ ਸ਼ੇਅਰ ਕੀਤੀਆਂ, ਮੇਰੇ ਕੋਲੋਂ ਪੁੱਛ ਕੇ ਮੈਂ ਉਸ ਉਸਤਾਦ ਨੂੰ ਦੱਸ ਦਿੰਦਾ ਕਿ ਪਹਿਲੇ ਮੇਰੇ ਤੋਂ ਪੁੱਛਿਆ ਫਿਰ ਅੱਗੇ ਦੱਸਿਆ। ਅਤੇ ਮੁੱਠੀ ਲਾਚੀ ਹੈ, ਸੌਂਫ ਆ, ਅਨਾਰਦਾਣਾ ਵਾ, ਠੀਕ ਹੈ ਨਾ ਜੀ, ਅੰਜੀਰ ਹੈ, ਅੰਜੀਰ ਬਹੁਤ ਅਲੱਗ ਚੀਜ਼ ਆ ਕਬੂਤਰ ਵਾਸਤੇ। ਅਤੇ ਥੋੜ੍ਹੀ ਜਿਹੀ ਗੱਲ ਸਮਝਾ ਦਿੰਦੇ ਹਾਂ ਕਿ ਜਿਹੜੇ ਕਬੂਤਰ ਕਹਿੰਦੇ ਬਿੱਠਾਂ ਪਤਲੀਆਂ ਨਹੀਂ ਕਰਨ ਨੂੰ ਹਟਦੇ, ਅੰਜੀਰ ਦਾ ਪਾਣੀ ਦਿਓ, ਅੱਧੀ ਸੀਸੀ ਕਬੂਤਰ ਬਿੱਠ ਸਖਤ ਕਰੇਗਾ, ਇਨਸ਼ਾਅੱਲਾ ਔਰ ਪਾਵਰ 'ਚ ਵੀ ਰਹੇਗਾ। ਕਿਆ ਬਾਤ, ਠੀਕ ਹੈ ਨਾ ਜੀ, ਤੋ ਸੁੰਡ ਹੋ ਗਈ। ਅਤੇ ਦੋ ਚੀਜ਼ਾਂ ਜਿਹੜੀਆਂ ਸ਼ਾਇਦ ਨਾ ਇਸਤੇਮਾਲ ਕਰਦੇ ਹੋਣ ਲੋਕ, ਇੱਕ ਮੈਂ ਤੁਮਾ ਜ਼ਿਆਦਾ ਇਸਤੇਮਾਲ ਕਰਦਾ ਜੀ, ਕੋਟ ਤੁਮਾ, ਇੱਕ ਠੀਕਰੀ ਨੂੰ ਸਾਦਰੇ ਇਸ ਪਾਣੀ ਨੂੰ ਬਣਾ ਕੇ ਅਸੀਂ ਵਿੱਚ ਪਾਉਂਦੇ ਹਾਂ ਚਨੇ ਦੇ ਦਾਣੇ, ਠੀਕ ਹੈ, ਠੀਕ ਹੈ ਨਾ ਜਨਾਬ। ਇਹ ਕੁਆਟ ਦਾ ਚੀਜ਼ਾਂ ਹੈਗੀਆਂ, ਲਸਣ ਵੀ ਪਾ ਲੈਂਦਾ ਮੈਂ, ਅੱਡਦਾ ਚੀਜ਼ਾਂ ਪਾਣੀ ਬਣਾਓ, ਤਿੰਨ ਭਾਅ ਮਕਦਾਰਾਂ ਮੈਂ ਦੱਸ ਦਿਆਂਗਾ, ਇਨਸ਼ਾਅੱਲਾ ਕਬੂਤਰਾਂ ਨੂੰ ਹਫ਼ਤੇ ਬਾਅਦ ਪਾਉਂਦੇ ਰਹੋ, ਹਫ਼ਤੇ 2 ਮਰਤਬਾ ਹੀ ਪਾ ਦਿਓ, ਇੱਕ ਢੱਕਣ ਬੋਤਲ ਦੇ ਵਿੱਚ ਪਾ ਲਓ ਪਾਣੀ ਨੂੰ, ਇੱਕ ਢੱਕਣ ਜਿਹੜਾ ਉਹ ਤੁਸੀਂ ਕੁੰਡੀ 'ਚ ਪਾ ਦਿਓ, ਹਫ਼ਤੇ 'ਚ 2 ਮਰਤਬਾ,
ਇਨਸ਼ਾਅੱਲਾ ਕਬੂਤਰ ਛਾਲਾਂ ਹੀ ਮਾਰਦੇ ਬਾਹਰ ਨਿਕਲ ਕੇ, ਮੈਂ ਤਾਂ ਆਪਣੇ ਕਬੂਤਰ 35-36 ਦਿਨ ਬਾਅਦ ਆਪ ਹੁਣ ਵੇਖਣ ਡਿਆ, ਇੰਨੀ ਸਰਦੀ 'ਚ ਨਹੀਂ ਦੇਖਿਆ। ਅੱਛਾ, ਬਸ ਕੰਮ ਦੇ ਵਿੱਚ ਮਸਰੂਫ ਰਹੇ ਹਾਂ, ਅੱਲਾ ਵਾਰਿਸ ਇਹਨਾਂ ਦਾ ਵੀ ਅਤੇ ਸਾਡਾ ਵੀ ਇਨਸ਼ਾਅੱਲਾ। ਲਓ ਸਾਹ ਜੀ, ਆਪਣੇ ਕੋਈ 2-4-5 ਕਬੂਤਰ ਜਿਹੜੇ ਬਰੀਡਰ ਨੇ ਉਹਨਾਂ ਦਾ ਸ਼ੌਕ ਕਰਾਓ ਸਿਆਲਕੋਟੀਆਂ ਦਾ, ਕਿਉਂਕਿ ਬਾਰਿਸ਼ ਹੋਣ ਲੱਗ ਪਈ ਹੈ। ਨਹੀਂ ਆਏਗੀ? ਚਲੋ ਠੀਕ, ਚਲੋ ਦਿਖਾਓ ਤੁਸੀਂ। ਲਓ ਜੀ, ਤੁਹਾਨੂੰ ਸ਼ੌਕ ਕਰਾਉਂਦੇ ਹਾਂ, 132 ਵਾਚਿੰਗ ਵਿਊਜ਼ ਨੇ ਮਾਸ਼ਾਅੱਲਾ। ਸਭ ਤੋਂ ਪਹਿਲੇ, ਸਭ ਤੋਂ ਜ਼ਿਆਦਾ ਪਿਆਰ ਵਾਲੇ ਕਬੂਤਰ ਤੋਂ ਸ਼ੁਰੂ ਕਰੋ, ਕਿਹੜਾ ਤੁਹਾਡਾ? ਸਲਾਮ ਅਲੈਕੁਮ। ਅਜ਼ਾਨ ਹੋਲੇ ਜੀ, ਉਹਦੇ ਤੁਹਾਨੂੰ ਸ਼ੌਕ ਕਰਾਂਗੇ। ਉਸਤਾਦ ਜੀ ਕਰਾਓ ਸ਼ੌਕ, ਬਸ ਇੱਥੇ ਹੀ ਰੱਖੋ। ਇਹ ਕਿਹੜਾ ਕਬੂਤਰ ਹੈ ਜੀ? ਦੇਖਣ ਤੇ ਫਿਰ ਉਸਤਾਦ ਜਿਹੜੇ ਦੁਨੀਆ ਸਮਝ, ਤੁਸੀਂ ਆਪਣਾ ਦੱਸੋ। ਮੈਂ ਜੀ ਇਹਨੂੰ ਬਟੇਰਾ ਤੇ 35 ਲਾ ਕਹਿੰਦਾ ਜੀ। ਬਟੇਰਾ ਤੇ 35 ਸਾਲ ਕ੍ਰਾਸ ਹੈ ਦੇਖ। ਠੀਕ, ਕੁੰਦਾ ਦਾ ਹੋਇਆ। ਠੀਕ ਹੋ ਗਿਆ, ਪੱਲੇ ਪੁੱਲੇ ਜਿਹੜਾ ਦੂਰ ਤੇ ਕਬੂਤਰ ਜਾ ਡਿੱਗਾ ਸਾਡਾ, ਲੇਕਿਨ ਕਬੂਤਰ ਆਲੀਸ਼ਾਨ ਔਰ ਬੱਚੇ ਉਡਾਉਂਦਾ। ਪਰ ਦੇਖੋ ਤੁਸੀਂ, ਮੈਂ ਪੂਰੇ ਖੋਲਣ ਡਿਆ ਇਹਦੇ, ਲਗਾ ਕੇ ਨਹੀਂ ਖੋਲਣੇ ਮੈਂ। ਤੁਸੀਂ ਦੇਖੋ ਜਰਾ ਪਰ ਦੀ ਜਾਨਵਰ ਦੇਖੋ ਕੈਸੀ ਹੈ, ਪੂਰੀ ਡਿਜ਼ਾਇਨਿੰਗ ਹੋਈ ਇਸ ਤਾਂ ਜੀ। ਦੁੰਬ ਵੀ ਅੱਛੀ ਹੈ ਮਾਸ਼ਾਅੱਲਾ, ਦੁੰਬ ਦੀ ਕਾਰਗਰਦੀ ਤਾਂ ਫਿਰ ਤੁਸੀਂ ਦਿਖਾ ਸਕਦੇ ਹੋ ਜੀ। ਬਿਲਕੁਲ ਠੀਕ। ਅਤੇ ਮਾਦੀ ਕਿਹੜੀ ਲਾਈ ਜੀ ਇਹਦੇ ਨਾਲ? ਅੱਛਾ ਜੀ ਉਸਤਾਦ ਜੀ, ਅੱਗੇ ਤੁਸੀਂ ਪਕੜੀ ਹੋਈ ਹੈ ਭੈਣ। ਅੱਛਾ, ਕੁੰਦਾ ਦਾ ਹੋ, ਬਹੁਤ ਆਲਾ। ਰਹਿਣ ਸਾਹਿਬ, ਝੂਠ ਵਾਲੀ ਗੱਲ ਕੋਣੀ, ਮੇਰੇ ਦੋਸਤ ਨੇ ਸਿੱਧਾ ਲਈ, ਹਾਜੀ ਜਵੇਦ ਇੰਗਲੈਂਡ ਰਹਿੰਦਾ, ਕਾਰੋਬਾਰ ਵਾਲਾ ਇੰਗਲੈਂਡ, ਇਹਦੀ ਭੈਣ ਨੇ ਸ਼ਾਮਾਂ ਪਾਈਆਂ ਉੱਥੇ ਮਾਸ਼ਾਅੱਲਾ, ਅਤੇ ਇਕੱਲੀ ਨੇ ਜਿੱਤਿਆ ਸਭ ਕੁਝ, ਮੁੜ ਕੇ ਨਾ ਉਡਾਉਣ ਤਾਂ ਫਿਰ ਉਹਨਾਂ ਦੀ ਮਰਜ਼ੀ ਹੈ। ਜਵੇਦ ਸਾਹਿਬ, ਹਾਜੀ ਜਵੇਦ ਸਾਹਿਬ ਸਿੱਲਾ ਵਾਲੀ ਇੰਗਲੈਂਡ, ਜਨਾਬੇ ਵਾਲੀ ਅਸਲਾਮ ਵਾਲੇਕਮ। ਅੱਜ ਮੈਂ ਤੁਹਾਨੂੰ ਤੁਹਾਡੀ ਉਸ ਕਬੂਤਰੀ ਦੀ ਭੈਣ ਦਿਖਾ ਰਿਹਾ ਜਿਹੜੀ ਤੁਹਾਡੇ ਕੋਲ ਬਹੁਤ ਉੱਡੀ। ਠੀਕ ਹੈ ਜਨਾਬ, ਹੈਲੋ ਹੈਲੋ ਕਰ ਦੇਣਾ ਬਿਲਕੁਲ। ਹੋ ਰਹੀ ਹੈ, ਹੋ ਰਹੀ ਹੈ, 150 ਬੰਦਾ ਦੇਖ ਰਿਹਾ ਤੁਹਾਨੂੰ। ਚਲੋ ਅੱਖਾਂ ਦਿਖਾਓ, ਮਾਸ਼ਾਅੱਲਾ।
ਉੱਤੇ ਮੇਰਾ ਫੁੱਲ ਉਮਰ ਹੋ ਗਿਆ, ਮੈਂ ਦਿਖਾਉਣਾ ਦੂਰ ਦੋਸਤਾਂ ਨੂੰ, ਅੱਗੇ ਨਹੀਂ ਮੈਂ ਦਿਖਾਇਆ ਸੀ। ਲਾਜ਼ਮੀ ਵਹਾਓ ਧਿਆਨ। ਅੱਛਾ ਤਰਦੀਪ ਹੋ ਗਿਆ, ਤੁਸੀਂ ਉਹਨੂੰ ਅਲੀ ਵਾਲੇ ਕਹਿ ਰਹੇ ਸੀਗੇ ਜਨਾਬ, ਅਸਲ ਕਬੂਤਰ ਅਲੀ ਵਾਲਾ। ਹਾਂਜੀ ਜ਼ਈਫ ਹੋ ਗਿਆ, ਦੂਸਰਾ ਮੈਂ ਦਿਖਾਇਆ ਸੀ ਉਦੋਂ ਮੈਂ ਦਿਖਾਇਆ ਨਹੀਂ ਸੀ, ਮੇਰੀ ਬਹੁਤੀ ਯਾਰੀ ਇਹਦੇ ਨਾਲ ਆ। ਅੱਛਾ ਹਾਂਜੀ, ਇਹਨਾਂ ਦੋਨਾਂ ਕਬੂਤਰਾਂ ਨਾਲ ਮੇਰੀ ਬਹੁਤ ਯਾਰੀ ਹੈ, ਇੰਨੀ ਸ਼ਾਇਦ ਇਹਨਾਂ ਦੀ ਔਲਾਦ ਹੈ ਔਰ ਕੰਮ ਕਰਦੀ ਹੈ, ਬਾਹਰ ਵੀ ਇਹਨਾਂ ਨੂੰ ਪਾਓ ਤਾਂ ਵੀ ਆਪਸ 'ਚ ਵੀ ਜਿੱਥੇ ਪਾਰਕ ਹੋ ਉੱਥੇ ਖੋਲ ਦਿਆਂਗਾ ਇਹਨਾਂ ਨੂੰ ਮੈਂ, ਉਹ ਪਾਰਕ ਖੋਲ ਬਣਾ ਹੀ ਹੈ। ਠੀਕ ਹੋ ਗਿਆ, ਇੱਧਰ ਦਾ ਵੀ ਖੋਲੀਏ, ਇੱਧਰ ਦਾ ਵੀ ਖੋਲੀ ਲਓ ਜਨਾਬ, ਬਾਸ ਬਾਸ ਜਿੱਡੇ 'ਤੇ ਪਾ ਰਹੀ ਹੈ ਉਸਤਾਦ ਜੀ। ਇਹ ਸਿਆਲ ਘੁੱਟੀ ਨੂੰ ਦੇਖ ਲਓ ਮੇਰੀ ਮੇਨਟੇਨ, ਕਿਆ ਬਾਤ ਮਾਸ਼ਾਅੱਲਾ। ਜਿਹੜੀ ਛੱਤ ਵਾਲੀ ਜਿਹੀ ਅਤੇ ਬਟੇਰੀ ਜਿਹੜੀ ਆ ਉਹ ਤਾਂ ਫੜੋ। ਹਾਂਜੀ ਬਟੇਰੀ ਅਤੇ ਛੱਤ ਵਾਲੀ ਜਿਹੜੀ ਸੀ ਉਹ ਫੜੋ ਥੱਲੇ। ਹਾਂਜੀ ਉਹਦਾ ਵੀ ਸ਼ੌਕ ਕਰਾ ਦਿਓ। ਇਹ ਜੀ ਭੈਣ ਦਿਖਾਤੀ ਅੱਗੇ ਜੀ। ਅੱਛਾ ਜੀ ਬਹੁਤ ਜ਼ਿਆਦਾ ਰਿਜ਼ਲਟ ਨੇ ਇਹਨਾਂ ਦੇ, ਬਹੁਤ ਜ਼ਿਆਦਾ। ਮਾਸ਼ਾਅੱਲਾ ਬੜੀ ਆਲਾ ਕਬੂਤਰੀ ਸਾਹਿਬ। ਠੀਕ ਹੈ ਮਾਸ਼ਾਅੱਲਾ, ਕਿਆ ਬਾਤ। ਇਹਦਾ ਮੈਂ ਸ਼ੌਕ ਤਾਂ ਕਰਾਉਣ ਲੱਗਿਆ ਅੱਗੇ ਜਨਾਬਾਦ ਮੰਡੀ ਵਿੱਚ, ਅੱਗੇ ਤੁਹਾਨੂੰ ਇਹ ਦਿੱਤਾ ਸੀ ਇਹਦਾ ਭਰਾ, ਅਤੇ ਕਈ ਬੰਦੇ ਨਾਰਾਜ਼ ਹੀ ਹੋ ਗਏ ਯਾਰ ਕਿ ਕਿਉਂ ਦਿੱਤਾ ਕਬੂਤਰ ਜ਼ੈਨ। ਮੈਂ ਕਿਹਾ ਯਾਰ ਜ਼ੈਨ ਲੈ ਜੇ ਕਬੂਤਰ ਉਹਦੇ, ਉਹ ਕੋਈ ਨਹੀਂ ਅੱਛੇ ਬੱਚੇ ਉਡਾਏ ਉਹਨੇ ਉਸਤਾਦ ਜੀ ਇਹਦੇ ਭਰਾ ਨੇ। ਮੇਰੇ ਕੋਲ ਵੀ ਇੱਕ ਦੋਸਤ ਲੈ ਗਿਆ ਸੀ ਹਾਂਜੀ, ਅਤੇ ਮਾਸ਼ਾਅੱਲਾ ਕਿੰਨੀ ਦੇਰ ਤੋਂ ਨੇ ਆ ਕਬੂਤਰ ਤੁਹਾਡੇ ਕੋਲ? ਇਹ ਦਰਅਸਲ ਕਬੂਤਰ ਮੇਰੇ ਉਸਤਾਦ ਨੇ ਉਹ ਉਹਨਾਂ ਨੂੰ ਬਟੇਰੇ ਕਹਿੰਦਾ ਸੀ ਅਤੇ ਮੋਤੀਆਂ ਵਾਲੇ ਕਹਿੰਦਾ ਸੀ, ਉਹਨਾਂ ਹੀ ਮੈਨੂੰ ਕਬੂਤਰ ਦੋ ਜੋੜੇ ਦਿੱਤੇ ਸੀ। ਇੱਥੇ ਨਾ ਇੱਕ ਅੰਦਰ ਹੋਰ ਵੀ ਹੈ, ਉਹ ਵੀ ਫੜ ਕੇ ਉਹਦਾ ਵੀ ਸ਼ੌਕ ਕਰਾਓ। ਚਿੱਟਾ ਕਬੂਤਰ ਇੱਕ ਫੜਿਆ ਸੀ ਤੁਸੀਂ ਅੱਜ? ਇਹ ਫੜੀ ਸੀ ਕਬੂਤਰੀ ਆ ਭਾਈ, ਇਹ ਤੁਹਾਡੇ ਸਾਹਮਣੇ ਕਾਲੀ ਠੱਲ ਵਾਲੀ, ਇਹ ਟੁਰੀ ਆਂਡੀ। ਹਾਂ ਇਹ ਨਹੀਂ ਫੜੋ ਤਰ੍ਹਾਂ ਨੂੰ, ਲਓ ਜੀ ਇਹ ਪ੍ਰਿੰਸ ਜੇ ਮਾਸ਼ਾਅੱਲਾ। ਅੱਜ ਦੋ ਚਾਰ ਗੱਲਾਂ ਅੱਖ ਦੇ ਹਵਾਲੇ ਨਾਲ ਵੀ ਦੱਸਾਂਗੇ ਅਸੀਂ। ਦੱਸੋ ਕਿ ਅੱਖਾਂ ਵਿੱਚ ਕੀ ਹੁੰਦਾ, ਮੈਨੂੰ ਕਬੂਤਰ ਪਕੜਨ ਦਿਓ ਅਤੇ ਮੇਰੇ ਸ਼ਾਨਸ਼ਾਹ ਕਬੂਤਰ ਇਹਨਾਂ ਦਾ ਤਾਂ ਜੋੜ ਹੀ ਨਹੀਂ ਨਾ ਹੈਗਾ, ਉੱਡਦੇ ਨੇ। ਜਿਹੜਾ ਕੋਈ ਬੰਦਾ ਕਹਿੰਦਾ ਨੀਲੀ ਅੱਖ ਦੇ ਨਹੀਂ ਉੱਡਦੇ ਅਤੇ ਮੇਰੇ ਕੋਲ ਬੱਚਾ ਲੈ ਜਾਵੇ, ਫਿਰ ਆਪਣੇ ਕਬੂਤਰਾਂ ਨਾਲ ਡਾਲੇ ਯਾਰ। ਠੀਕ ਹੈ, ਐਸੇ ਚਿੱਟੇ ਦਾ ਨੀਲੀ ਅੱਖ 'ਚ ਲੈ ਜਾਵੇ ਅਤੇ ਗਰਮੀ 'ਚ ਡਾਵੇ, ਸਰਦੀ ਸੁਰਦੀ 'ਚ ਨਹੀਂ, ਗਰ ਸਰਦੀ ਨਿਆਣਿਆਂ ਦੇ ਹੀ ਬੰਦੇ ਆ। ਠੀਕ ਹੈ, ਅੱਖ ਨੀਲੀ ਹੋਵੇ ਪੀਲੀ ਹੋਵੇ ਉਹਦਾ ਕੋਈ ਤਲਕ ਨਹੀਂ, ਪਰ ਝਾੜਿਆ ਨਹੀਂ ਜੀ। ਕੋਈ ਗੱਲ ਮਾਸ਼ਾਅੱਲਾ। ਅੱਛਾ ਜੀ ਹੋਰ ਦਿਖਾਓ ਸਾਹ ਜੀ, ਕਿਹੜੇ ਕਿਹੜੇ ਤੁਹਾਡੇ? ਆਹ ਕਲਸੀਰਾ ਜਿਹਾ ਕਿਹੜਾ ਕਬੂਤਰ ਆ, ਇਹ ਉੱਡ ਕੇ ਉੱਪਰੇ ਗਿਆ ਦਿਖਾਓ। ਹਾਂ ਅਲੀ ਵਾਲੇ ਦੇ ਕਿਹੜੇ ਬੱਚੇ? ਇਹ ਮਾਦੀ ਜਨਾਬ, ਤੁਸੀਂ ਅਜੇ ਤਾਂ ਮੈਂ ਇਸ਼ਾਰਾ ਕੀਤਾ ਕਿ ਦਿਖਾਓ ਜ਼ਰਾ। ਇਹ ਮਾਦੀ ਹੈ? ਹਾਂਜੀ ਇਹਦਾ ਭਰਾ ਗਿਆ ਮੇਰੇ ਖਿਆਲ ਨਾਲ ਕਿ। ਹਾਂਜੀ ਇਹ ਇੱਕੋ ਹੀ ਬਰੀਡ ਹੈਗੀ, ਇਹਦੇ ਦੋ ਭਰਾ ਤੁਸੀਂ ਉਹ ਉਹਨਾਂ ਨੂੰ ਦਵਾਏ ਸੀ ਚੌੜੀ ਜਵਾਬ ਨੂੰ। ਅੱਛਾ 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 ਜਵਾਬ ਸਾਹਿਬ ਅਸਲਾਮ ਅਲੈਕਮ, ਹਜ਼ੂਰ ਕੀ ਹਾਲ ਏ? ਤੁਹਾਡੇ ਪੱਠਿਆਂ ਦੀ ਭੈਣ ਜਿਹੜੇ ਲੈ ਗਏ ਸੀ ਦਿਖਾ ਰਹੇ ਫਿਰ ਅੱਜ? ਸਹੀ ਜਵਾਬ ਸਾਹਿਬ, ਜਿਹੜਾ ਨੈੱਟ 'ਤੇ ਲੋਕਾਂ ਨੂੰ ਦੱਸਿਓ ਵੀ ਕਿੰਨੇ ਕੁੱਡੇ ਸੀ, ਇਹ ਵੀ ਜਿਹੜਾ ਆਪ ਆਪਣੇ ਪਿਆਰ ਨਾਲ ਜਿਹੜਾ ਦੱਸ ਦਿਓ ਮਿਹਰਬਾਨੀ ਇੰਗਲੈਂਡ। ਜਵਾਬ ਸਾਹਿਬ ਉਸਤਾਦ ਜੀ ਉਹ ਕਿਹੜਾ ਸੁਣਨ ਡੇ ਆ? ਉਹ ਵੀਡੀਓ ਦੇਖੇਗਾ, ਵੀਡੀਓ ਦੇਖ ਲੈਣੀ। ਹਾਂ ਸਹੀ
ਬਿਲਕੁਲ ਦੇਖ ਲੈਣਗੇ ਵੀਡੀਓ, ਸਹੀ ਕਹਿ ਰਹੇ ਨਹੀਂ ਠੀਕ ਹੈ ਤੁਹਾਡਾ। ਉਹ ਫੜੋ ਅਲੀ ਵਾਲੇ ਦੇ ਜਿਹੜੇ ਪੁੱਤਰ ਆ ਇੱਥੇ ਇਹ ਨਹੀਂ ਆ ਉਹ ਨਹੀਂ ਨਹੀਂ ਇਹ ਨਹੀਂ ਉਹ ਅੰਦਰ ਚਲਾ ਗਿਆ, ਉਹ ਅੰਦਰ ਬੈਠਾ ਕਾਬਕ ਦੇ ਵਿੱਚ। ਚਲੋ ਬਾਰਾ ਲੈ ਤੇ ਦਿਖਾਓ ਨਾ ਇਹਦਾ ਤੇ ਸ਼ੌਕ ਲਾਈ। ਤੁਸੀਂ ਕਹਿ ਨਹੀਂ ਕਰੋ। ਹਾਂਜੀ ਆਇਆ ਇਹੀ ਆ ਕੁੰਦਾ ਦਿਖਾਓ ਜੀ ਇਹਦਾ। ਖਲੋਂਦੇ ਹੀ ਨਹੀਂ, ਅੱਗੇ ਇੱਕ ਵਾਰੀ ਦਿਖਾਇਆ ਸੀ ਇਹਨਾਂ ਦਾ ਬਾਪ ਅਲੀ ਵਾਲਾ। ਹਾਂਜੀ ਹਾਂਜੀ ਮੈਨੂੰ ਵੈਲ ਨਹੀਂ ਚਲਾਉਣ ਚਲਾਉਣ ਆਉਂਦਾ। ਚੰਗੇ ਨੇ ਜੀ ਉਸਤਾਦ ਜੀ ਕਬੂਤਰ, ਇਹ ਬੜੇ ਹੀ ਅਲੀ ਵਾਲੇ ਦੇ ਹੈਗੇ ਆ। ਇਹ ਕਬੂਤਰ ਲਗਾ ਗਿਆ ਸੀ ਮੇਰਾ, ਥੋੜ੍ਹਾ ਥੱਲੇ ਕਰੋ। ਹਾਂਜੀ ਥੱਲੇ ਕਰੋ ਨਾ। ਹਾਂ ਮੈਨੂੰ ਸਮਝ ਲੱਗਿਆ ਨਾ, ਮੈਨੂੰ ਇਹਦੇ ਮੋਬਾਈਲ ਕਦੀ ਮੈਂ ਜ਼ਿੰਦਗੀ 'ਚ ਨਹੀਂ ਚਲਾਇਆ। ਉਹ ਜੀ ਬੜਾ ਜ਼ਬਰਦਸਤ ਕਬੂਤਰ ਜੀ, ਕੰਪਲੀਟ ਬਰੀਡਰ ਕਬੂਤਰ। ਇਹਦੇ ਵਿੱਚ ਉਹ ਜਿਹੜੀ ਨਾ ਤੁਸੀਂ ਅੱਗੇ ਕਿਹਾ ਬਟੇਰੀ ਦੀ ਛੱਤ ਦਿਖਾਓ, ਹਾਂਜੀ ਅਲੀ ਵਾਲੇ ਨਾਲ ਉਹ ਮਾਦੀ ਲੱਗੀ ਸੀਗੀ ਮੇਰੀ। ਅਤੇ ਇਹ ਵੀ ਮੋਤੀਆਂ ਵਾਲੇ ਕੁੰਦਾ ਜਹਾਜ਼ ਸਹੀ ਹੋ ਗਿਆ। ਉਸਤਾਦ ਜੀ ਆਪਣਾ ਨੰਬਰ ਤੇ ਬੋਲੋ ਕੀ ਹੈ ਤੁਹਾਡਾ? 0300 ਮੇਰਾ ਨੰਬਰ 0300 76 00 242। ਫਿਰ ਬੋਲੋ 0300 76 00 242। ਠੀਕ ਹੈ ਉਸਤਾਦ ਜੀ, ਚਲੋ ਹੁਣ ਮੈਨੂੰ ਉਹ ਦਿਖਾਓ ਟੈਡੀ ਜਿਹੜੇ ਬਣਾਏ ਉਹ ਦਿਖਾਓ। ਬਾਹਰ ਵਾਲਾ ਭਾਵੇਂ ਰਹਿਣ ਦਿੰਦੇ ਆਪਣੀ ਦਿਖਾਓ। ਚਲੋ ਉਹ ਨਹੀਂ ਕੋਈ ਨਹੀਂ ਮੈਨੂੰ ਚਾਹੀਦਾ, ਤੁਸੀਂ ਸ਼ੌਕ ਆਪਣੇ ਕਬੂਤਰਾਂ ਦਾ ਕਰਾਉਂਦੇ ਨਾ। ਹੁਣ ਇਹਦਾ ਨਾਂ, ਇਹਦਾ ਧੀ ਪੁੱਤਰ ਹੈ ਤੁਹਾਡੇ ਕੋਲ? ਅਤੇ ਫਿਰ ਉਹ ਕਰਾਓ ਨਾ ਜਿਹਦੀ ਬਰੀਡ ਤੁਹਾਡੇ ਕੋਲ ਹੋਵੇ, ਕੋਈ ਬੰਦਾ ਕਵੇ ਅਤੇ ਉਹਨੂੰ ਤੁਸੀਂ ਦਿਖਾ ਵੀ ਸਕੋ। ਲਓ ਜੀ ਤੁਹਾਨੂੰ ਕਬੂਤਰ ਅਸਲ ਦਿਖਾਉਂਦੇ। ਉਸਤਾਦ ਹੁਣੀ ਮੈਨੂੰ ਕਹਿੰਦੇ ਟੈਡੀ ਜਿਹੜੇ ਚਾਹੀਦਾ ਲੈ ਜੀ, ਅਤੇ ਉਸਤਾਦ ਨੇ ਅੱਛੇ ਕਬੂਤਰ ਬਣਾਏ ਨੇ ਬਾਡੀ ਵਾਈਜ਼ ਜਿਸਮ ਵਾਈਜ਼, ਅਤੇ ਅੱਲਾ ਖੈਰ ਕਰੇ ਤੁਹਾਨੂੰ ਸ਼ੌਕ ਕਰਾਉਂਦੇ ਹਾਂ। ਉਸਤਾਦ ਜੀ ਜਿਸ ਕਬੂਤਰ 'ਤੇ ਸਾਡੀ ਸਹੀ ਅੱਖ ਆ ਜੇ ਦਿਖਾਉਣਾ ਤਾਂ ਉਹ ਦਿਖਾਓ, ਉਹ ਤੁਸੀਂ ਕਬੂਤਰ ਦਿਖਾਉਣਾ ਅਤੇ ਉਹ ਦਿਖਾਓ। ਇਹ ਕਬੂਤਰ ਫੜੋ, ਇਹ ਫੜੋ ਉਸਤਾਦ ਜੀ, ਐੜਾ ਬੋਲਦਾ ਪਿਆ ਇਹ ਫੜੋ। ਲਓ ਜੀ ਦੋਸਤੋ ਤੁਹਾਨੂੰ ਮੈਂ ਆਪਣੀ ਪਸੰਦ ਦਾ ਕਬੂਤਰ ਦਿਖਾਉਣਾ। ਉਸਤਾਦ ਹੋਣਾਂ ਲਈ ਤਾਂ ਸਾਰਾ ਸੋਨਾ, ਕਿਉਂਕਿ ਉਸਤਾਦ ਨੇ ਇਹਨਾਂ ਦੇ ਵੱਡ ਵਡੇਰੇ ਯੇ ਉਹ ਸਾਰੇ ਰੱਖੇ ਦੇਖੇ। ਤੁਹਾਨੂੰ ਕਬੂਤਰ ਤਾਂ ਮੈਂ ਸ਼ੌਕ ਕਰਾਉਣਾ ਇੱਕ ਦਾ। ਆਹ ਕਰਾਓ ਜੀ ਭਾਈ ਤੁਸੀਂ ਨਾ। ਲਓ ਜੀ ਦੇਖੋ ਸਹੀ ਕਬੂਤਰ 'ਤੇ ਅੱਖ ਰੱਖੀ ਹੈ। ਸਰ ਜੀ ਇਹ ਕਿਹੜਾ ਕਬੂਤਰ? ਇਹ ਆਪਣੇ ਅਲੀ ਵਾਲਿਆਂ ਦੇ ਜੀ, 35 ਵਾਲੇ ਅਲੀ ਵਾਲੇ ਕੀਮਤ ਬਚਾਉਣ 'ਚ ਲੱਗਾ ਜੀ। ਬਾਹਰ ਦੇ ਕਬੂਤਰ ਨਹੀਂ ਸਹੀ, ਫੜ ਕੇ ਰੱਖਿਓ ਜੀ ਭਾਈ ਜ਼ਰਾ। ਇਹਦੀਆਂ ਧੀਆਂ ਤੁਹਾਨੂੰ ਦਿਖਾਈਆਂ ਅੱਗੇ? ਦਿਖਾਈਆਂ ਉਹਦੀਆਂ ਧੀਆਂ ਨੇ ਜਿਹਨਾਂ ਨੂੰ ਤੁਸੀਂ ਛੱਤ ਵਾਲੀਆਂ ਕਹਿੰਦੇ ਜੀ। ਅੱਛਾ 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 ਉਧਰੇ ਦੇ ਪੁੱਤਰ ਵੀ ਨੇ, ਉਹ ਵੀ ਦਿਖਾਉਂਦੇ ਆ। ਚੱਲੇ ਉਧਰ
ਲਓ ਜੀ ਇਹ ਆਪਣਾ ਫੇਵਰੇਟ ਜੀ ਮੇਰਾ ਕਬੂਤਰ ਹੈ ਵਾਲਾ ਉਸਤਾਦ ਕੋ। ਲਓ ਸਾਹ ਜੀ ਹੋਰ ਦਿਖਾਓ। ਜੀ ਮੇਰੇ ਕੋਲ ਫਿਰੋਜ਼ਪੁਰੀ ਮਾਦੀ ਸੀ, ਹਾਂਜੀ ਉਹਦੀ ਮੈਂ ਤੁਹਾਨੂੰ ਬਰੀਡ ਦਿਖਾਉਣਾ ਔਰ ਇਨਸ਼ਾਅੱਲਾ ਮਜ਼ਾ ਆਏਗਾ ਦੋਸਤਾਂ ਨੂੰ। ਕਿਆ ਬਾਤ ਹੈ ਸੱਚ, ਇਹਦੇ 'ਤੇ ਸਾਰਾ ਫਿਰੋਜ਼ਪੁਰੀ ਕੇ ਵਿੱਚ ਕੋਈ ਮਿੱਸਾ ਪਾ ਰਹੀ ਹੈ ਵੋ? ਮੈਂ ਜੀ ਇਹਦੇ ਵਿੱਚ ਕੰਮ ਪਾਇਆ ਡੈਡੀ ਦਾ, ਇਹ ਮੇਰਾ ਦੋਸਤ ਵੀ ਹੈ, ਭਰਾ ਵੀ ਛੋਟਾ, ਇਹ ਇਹਨਾਂ ਨੂੰ ਫੁੱਲਾਂ ਵਾਲੇ ਕਬੂਤਰ ਕਹਿੰਦੇ ਆ ਸਾਹ ਜੀ। ਹਾਂਜੀ ਕੀ ਕਹਿੰਦੇ ਆ ਜੀ? ਫੁੱਲਾਂ ਵਾਲੇ ਜਿਹੜੇ ਆ ਸੋਹਣੇ ਆ, ਇਹ ਜਿਹੜੀ ਵਜ੍ਹਾ ਨਾ ਇਹ ਇਹਨਾਂ ਨੂੰ ਕਹਿੰਦੇ ਫੁੱਲਾਂ ਵਾਲੇ। ਖਲੀਫਾ ਸਾਹਿਬ ਨੇ, ਖਲੀਫਾ ਨਵੀਰ ਸਾਹਿਬ ਨੇ ਮੇਰੇ ਉਸਤਾਦ ਭਾਈ ਨੇ ਇਹ ਗਿਫਟ ਆਈ ਸੀ ਮੈਨੂੰ। ਮੈਂ ਤੇ ਕੂੜ ਬੋਲਣ ਵਾਲਾ ਬੰਦਾ ਹੀ ਕੋਈ ਨਹੀਂ ਜੀ। ਠੀਕ, ਬਹੁਤ ਅੱਛੀ ਗੱਲ। ਸਾਹ ਜੀ ਟੈਡੀ ਵੀ ਦਿਖਾਓ ਜਿਹੜੇ ਟੈਡੀ ਬਣਾਏ। ਜੀ ਸਰ 0321-670-400 ਪੂਰਾ 8 ਹੈ ਮੇਰਾ ਨੰਬਰ ਹੈ, ਅਤੇ ਇਸੇ ਨੰਬਰ ਦੇ ਉੱਤੇ ਮੇਰਾ ਵਟਸਐਪ ਵੀ ਬਣਿਆ। ਅਕਸਰ ਸਾਰੇ ਦੋਸਤ ਕਹਿੰਦੇ ਨੰਬਰ ਨਹੀਂ ਮਿਲਦਾ। ਜ਼ੈਨ ਜੱਟ ਦੇ ਨਾਮ 'ਤੇ ਫੇਸਬੁੱਕ ਆਈ ਡੀ ਹੈ ਮੇਰੀ, ਉਹਦੇ 'ਤੇ ਤੁਸੀਂ ਕੋਈ ਮੈਸੇਜ ਕੋਈ ਚੀਜ਼। ਉਸਤਾਦ ਹੋਣਾ ਦਾ ਨੰਬਰ 0300-76-00-242 ਇਹ ਨੰਬਰ ਆ ਉਸਤਾਦ ਦਿਲਬਰ ਬੋਧੀ ਦਾ। ਕਿਉਂ ਜੀ ਉਸਤਾਦ ਜੀ, ਜ਼ੁਬਾਨੀ ਯਾਦ ਹੋ ਗਿਆ? ਯਾਦ ਹੋ ਗਿਆ ਅਤੇ ਰਾਬਤਾ ਜ਼ੈਨ ਨਾਲ ਜੀ ਮੈਂ। ਤੁਸੀਂ ਉਸਤਾਦ ਜੀ ਰਾਬਤਾ ਕਰਨਾ, ਮੈਂ ਤਾਂ ਇਹ ਹੈ ਕਿ ਜਿਹੜਾ ਕੋਈ ਅੱਛਾ ਬੰਦਾ ਹੋਏਗਾ ਮੈਂ ਪੁੱਛ ਲਵਾਂਗਾ। ਉਹ ਕਬੂਤਰ ਨੇ ਜੀ ਜਿਹੜੇ ਮੀਆਂ ਨਜ਼ੀਰ ਦੇ ਲੋਕ ਬਣੀਆਂ ਸਿਫਾਰਿਸ਼ਾਂ ਨਾਲ ਲਏ, ਜਿਨ੍ਹਾਂ ਨੇ ਇਹਨਾਂ ਦੀ ਨਾਨੀ ਧੀ ਗਾਂ ਧੀ ਮੇਰੇ ਕੋਲ ਮੌਜੂਦ ਆ, ਇਹਨਾਂ ਦੀ ਤੁਹਾਨੂੰ ਬਰੀਡ ਦਿਖਾਉਣਾ ਉਹਨਾਂ ਛੋਲਾ ਟੈਡੀ ਦਾ ਵੀ ਦਿਖਾਓ। ਇੱਕ ਛੱਡ ਦਿਆਂਗੇ ਦੂਸਰਾ ਭੁੱਲ ਜਾਏਗਾ ਕੋਈ। ਅੱਛਾ ਜੀ ਜੀ, ਵਾਕਈ ਚੰਗੀ ਕਬੂਤਰੀ। ਐਸਨ ਸਾਹਿਬ ਦੇ ਬਹੁਤ ਪਸੰਦ ਨੇ ਉਹਨਾਂ ਨੇ ਦੇਖੇ ਸੀ ਸਰ, ਉਹਨਾਂ ਦੇ ਤਾਂ ਉਸਤਾਦ ਵਾਲੇ ਕਬੂਤਰ ਨੇ ਨਾ। ਹਾਂਜੀ ਬਹੁਤ ਆਲਾ ਸਾਹਿਬ ਜੀ, ਕਿਆ ਬਾਤ। ਔਰ ਇਹ ਹੀ ਅਸੀਂ ਬਰੀਡ ਦਿਖਾਉਂਦੇ ਹਾਂ, ਟੈਡੀ ਵੀ ਦਿਖਾਉਂਦੇ ਹਾਂ। ਜੀ ਦੋਸਤੋ ਇਹ ਉਸਤਾਦ ਹੋਣਾ ਦਾ ਨੰਬਰ ਸੀ, ਅਤੇ ਸਾਰੇ ਦੋਸਤ ਜਿਨ੍ਹਾਂ ਜਿਨ੍ਹਾਂ ਨੂੰ ਕਬੂਤਰ ਇਹ ਪਸੰਦ ਆਉਣ, ਉਸਤਾਦ ਹੋਣਾ ਨੇ ਸੇਲ ਵੀ ਕਰਨੇ ਨੇ, ਨੰਬਰ ਵੀ ਦੇ ਤਾ। ਜਿਹੜੇ ਦੋਸਤ ਰਾਬਤਾ ਕਰਨਗੇ ਇਨਸ਼ਾਅੱਲਾ ਉਸਤਾਦ ਉਹਨਾਂ ਨਾਲ ਪੂਰਾ ਤਾਵਨ ਕਰੇਗਾ। ਉਸਤਾਦ ਅਗਰ ਕੋਈ ਤਾਵਨ ਨਾ ਕਰੇ ਮੈਨੂੰ ਦੱਸੋ ਉਸਤਾਦ ਜੀ। ਗੁਲਾਬੀ ਕੜੀ ਵਾਲੀ ਹੈ ਜੀ, ਇਹਨਾਂ ਦਾ ਨਾਂ ਗੁਲਾਬੀ ਕੜੀ ਵਾਲੀ ਰੱਖੇ ਆ ਕਬੂਤਰ। ਠੀਕ ਹੈ ਜੀ, ਅੱਗੇ ਮੈਂ ਦਿਖਾਵਾਂਗਾ ਇਹਨੇ ਸਾਰੀ ਬਰੀਡ, ਇਹੀ ਦਿਖਾਵਾਂਗਾ। ਕੁੰਦਾ ਦਿਖਾਓ ਔਰ ਇਨਸ਼ਾਅੱਲਾ ਪਰ ਇੱਕ ਜੈਸਾ ਲੱਭੇਗਾ। ਔਰ ਸਮਝਦਾਰ ਦੋਸਤ, ਸਮਝਦਾਰ ਉਸਤਾਦ, ਅਤੇ ਪਰ ਖੁੱਲ੍ਹਣ ਤੋਂ ਪਤਾ ਲੱਗ ਜਾਂਦਾ ਯਾਰ ਇਹ ਦੂਸਰਾ ਕਿ ਉਹੀ ਹੈ। ਇਹ ਬੜੇ ਅੱਛੇ ਜਿਹੇ ਕਬੂਤਰ, ਕਦੀ ਫੜੇ ਨਹੀਂ। ਚਲੋ ਜੀ ਮਾਸ਼ਾਅੱਲਾ, ਹੋਰ ਦਿਖਾਓ ਜੀ, ਕੋਈ ਨਰ ਦਿਖਾਓ ਇਹਨਾਂ 'ਚੋਂ। ਸਾਖੀ ਭਾਈ ਜ਼ਬਰਦਸਤ, ਠੀਕ ਹੋ ਗਿਆ। ਉਸਤਾਦ ਜੀ ਕਬੂਤਰ ਤਵੱਜੋ ਮੰਗਣ ਡਿਆ ਤੁਹਾਡੀ, ਥੋੜ੍ਹਾ ਜਿਹਾ ਇਹਨਾਂ ਨੂੰ ਪਾਣੀ ਛਾਣੀ ਦਿਓ ਆਪਣਾ ਨਹਾਉਣ ਧੋਣ ਲਈ। ਅੱਛਾ ਇਹ ਵੀ ਉਹੀ ਹੈ। ਮਾਸ਼ਾਅੱਲਾ ਜੀ,
ਜੀ ਮਾਸ਼ਾਅੱਲਾ ਠੀਕ ਹੋ ਗਿਆ। ਫਰਕ ਨਜ਼ਰ ਆਵੇ ਦੋਸਤਾਂ ਨੂੰ ਦੱਸ ਦੇਣਾ ਵੀ ਉਸਤਾਦ ਜੀ ਗੇੜਾ ਦੇਣ ਡੇ ਹੋ। ਨਹੀਂ ਨਹੀਂ ਇੱਕ ਹੀ ਕਬੂਤਰ ਨੇ ਸਾਰੇ। ਬਹੁਤ ਅੱਛੀ ਬਹੁਤ ਅੱਛਾ ਪਾਦਾ ਮੈਂ ਬਹੁਤ ਖਰੀ ਇਹ ਪੱਠੀਆਂ ਦਿਖਾ ਰਿਹਾ ਮੇਰੇ ਕੋਲ ਤੇ ਚਾਰ ਚਾਰ ਸਾਲ ਦੀਆਂ ਪੱਠੀਆਂ ਨਾ ਸਾਰੇ ਦੋਸਤ ਜ਼ਿਕਰ ਕਰਦੇ ਆ ਜੈਨ ਬਾਈ ਤੁਸੀਂ ਰਿਪਲਾਈ ਨਹੀਂ ਕਰਦੇ ਭਾਅ ਜਾਨ 400 ਵਟਸਐਪ ਦੇ ਉੱਤੇ ਮੈਸੇਜ ਆਉਂਦਾ ਕਿਹਦਾ ਰਿਪਲਾਈ ਕਰੀਏ ਅਤੇ ਕਿਹਨੂੰ ਛੱਡੀਏ ਅਤੇ ਇਨਸ਼ਾਅੱਲਾ ਤਾਲਾ ਕੋਈ ਸੈਟਿੰਗ ਬਣਾਉਂਦੇ ਹਾਂ ਜੀ ਜਿਹਦੇ ਦੋਸਤਾਂ ਦੇ ਨੰਬਰ ਮੇਰੇ ਕੋਲ ਸੇਫ ਨੇ ਔਰ ਜਾਂ ਕੋਸ਼ਿਸ਼ ਕਰੀ ਦੀ ਜਿਸ ਬੰਦੇ ਨਾਲ ਗੱਪਸ਼ਪ ਹੋਵੇ ਅੱਛੀ ਹੋਵੇ ਸਲਾਮ ਤੋਂ ਉਹਦਾ ਨੰਬਰ ਸੇਵ ਕਰਕੇ ਫਿਰ ਉਹਦਾ ਕਰੀਦਾ ਬਾਕੀ ਜਿਹਨਾਂ ਨੂੰ ਜਵਾਬ ਨਾ ਦੇ ਸਕੀ ਉਹਦੇ ਉਹਨਾਂ ਤੋਂ ਮਾਜ਼ਰਤ ਆ ਸਾਡੀ ਲਓ ਜੀ ਆ ਵੀ ਸਬਜ਼ ਘੜੀ ਵਾਲੇ ਜੀ ਗੁਲਾਬੀ ਕੜੀ ਵਾਲੀ ਕੁੰਦਾ ਦਿਖਾਓ ਯਾਰ ਚੰਗਾ ਕਬੂਤਰ ਜੀ ਪਲੀਜ਼ ਕਾਲ ਨਾ ਕਰੋ ਸਰ ਕਾਲ ਨਾ ਕਰੋ ਭਾਈ ਜਾਨ ਵਟਸਐਪ 'ਤੇ ਜ਼ੀਰੋ 300 76 00 242 ਇਹ ਉਸਤਾਦ ਦਾ ਨੰਬਰ ਆ ਜਿਹੜੇ ਜਿਹੜੇ ਦੋਸਤਾਂ ਨੇ ਰਾਬਤਾ ਕਰਨਾ ਉਸਤਾਦ ਨਾਲ ਰਾਬਤਾ ਕਰ ਸਕਦੇ ਆ ਕਿਆ ਬਾਤ ਹੈ ਜੀ ਉਸਤਾਦ ਨੇ ਮੀਆਂ ਸਾਹਿਬ ਵਾਲਾ ਪਰ ਵਿੱਚ ਪਾ ਕੇ ਅਤੇ ਬੜੇ ਅੱਛੇ ਕਬੂਤਰ ਬਣਾ ਲਏ ਜੀ ਮਾਸ਼ਾਅੱਲਾ ਪਰ ਦਿਖਾਓ ਜੀ ਚੰਗੀ ਕਬੂਤਰੀ ਹੈ ਜੀ ਕੋਈ ਸ਼ੱਕ ਨਹੀਂ ਮਾਸ਼ਾਅੱਲਾ ਜ਼ਬਰਦਸਤ ਜ਼ਬਰਦਸਤ ਉਹ ਕਬੂਤਰ ਭਾਈ ਜਿਹੜਾ ਨਹੀਂ ਬੈਠਾ ਦਰਵਾਜ਼ੇ ਦੇ ਉੱਤੇ ਵਿੱਚ ਇੱਕ ਥੱਲੇ ਬੈਠਾ ਇੱਕ ਉੱਤੇ ਜਿਹੜਾ ਉੱਤੇ ਬੈਠਾ ਉਹ ਫੜ ਕੇ ਲਿਆਉਣਾ ਜੀ ਉਹ ਲਿਆ ਅੱਛਾ ਜੀ ਉਹ ਪਰਲੇ ਪਾਸੇ ਅੱਛਾ ਜੀ ਠੀਕ ਹੈ ਛੱਡੋ ਜੀ ਇਹਨੂੰ ਉਹ ਕਿਉਂ ਹੋ ਗਿਆ ਦਿਖਾ ਦਿਓ ਮਾਸ਼ਾਅੱਲਾ ਠੀਕ ਹੈ ਇਹ ਵੀ ਹੋ ਗਈ ਜੀ ਸਰ ਕੁੰਦਾ ਦਿਖਾਓ ਮਾਸ਼ਾਅੱਲਾ ਠੀਕ ਇਹ ਵੀ ਉਹਨਾਂ ਦੀ ਹੈ ਹੁਣ ਦਾਕਾ ਲੈਸ ਹੋਈ ਮਾਸ਼ਾਅੱਲਾ ਬਹੁਤ ਅੱਛਾ ਜ਼ਬਰਦਸਤ ਸਰ ਜੀ ਇੱਧਰ ਇੱਕ ਚੂਹਾ ਕਬੂਤਰ ਵੀ ਸੀ ਤੁਹਾਡਾ ਜਿਹੜਾ ਮੈਂ ਫੜਿਆ ਸੀ ਉੱਧਰ ਹੀ ਆਓ ਉਹ ਨਹੀਂ ਕੱਢਿਆ ਬਾਹਰ ਇਹ ਵੱਡੀ ਕਬੂਤਰੀ ਹੈ ਜੀ ਕੀ ਹੈ ਉਸਤਾਦ ਜੀ ਤਾਰੀਫ ਇਹ ਜੀ ਮੀਆਂ ਨਜ਼ੀਰ ਸਾਹਿਬ ਦੇ ਘਰੋਂ ਜਨਾਬ 2003 'ਚ ਇਹਨਾਂ ਦੀ ਮਾਂ ਵੱਡੀ 10,000 ਰੁਪਏ ਪਰ ਬੱਚੇ ਪੰਜ ਆਉਂਦੇ ਸੀ 50,000 ਠੀਕ ਹੈ ਜੀ ਉਹਦੇ ਕੋਲ ਆਂਡੇ ਲਾ ਕੇ ਬਣਾਏ ਫਿਰ ਇਹ ਕਬੂਤਰੀ ਜਿਹੜੀ ਇੱਕ ਟੈਡੀ ਕਬੂਤਰ ਨਾਲ ਲਾਈ ਮੈਂ ਉਹ ਟੈਡੀ ਚੋਰੀ ਸਾਹਿਬ ਦੇ ਘਰ ਦਾ ਸੀ ਹੁਣੇ ਹੀ ਫੋਤ ਹੋਇਆ ਚੋਰੀ ਸਚੀ ਮੰਮਨ ਦੇ ਘਰ ਦਾ ਠੀਕ ਹੈ ਨਾ ਜੀ ਉਹਦੀ ਔਲਾਦ ਹੈ ਜੀ ਸ਼ਾਇਦ ਜਿੱਥੇ ਵੀ ਦਿੰਦੇ ਕੋਈ ਰਿਜ਼ਲਟ ਤਾਂ ਚਾਹੀਏ ਲੇਕਿਨ ਮੁੱਲ ਨਹੀਂ ਦਿੱਤੇ ਸਾਰੇ ਦੋਸਤਾਂ ਨੂੰ ਬੱਚੇ ਹੀ ਦਿੱਤੇ ਕਿਉਂ ਜੀ ਹਾਂਜੀ
ਮਾਸ਼ਾਅੱਲਾ ਬਹੁਤ ਅੱਛਾ। ਜੀ ਜੋ ਬਿੰਦੀਪ ਸਿੰਘ ਸੱਗੂ ਬਾਈ, ਹੁਣ ਕੀ ਕਰੀਏ ਅਸੀਂ, ਤੁਹਾਨੂੰ ਮਤਲਬ ਦੱਸ ਦਿੱਤੀ ਸਾਰੀ ਆਪਣੀ ਮਸਰੂਫੀਅਤ ਹੁੰਦੀ ਹੈ, ਨਹੀਂ ਰਿਪਲਾਈ ਕੀਤਾ ਜਾਂਦਾ ਵਿੱਚ। ਜੀ ਅਦਨਾਨ ਮਨਜ਼ੂਰ ਭਾਈ ਸ਼ੁਕਰੀਆ। ਵੀ ਇਹਨਾਂ ਦਾ ਭਰਾ ਹੀ ਕੁੰਦਾ, ਖੋਲੋ ਜੀ, ਨਜ਼ਰ ਹੀ ਆ ਰਿਹਾ ਭਾਈ ਉਹਦਾ ਕੁੰਦਾ। ਮਾਸ਼ਾਅੱਲਾ ਸਿਰ ਵੀ ਬੜਾ ਚੰਗਾ, ਸ਼ਕਲ ਸੂਰਤ ਵੀ ਚੰਗੀ। ਉਸਤਾਦ ਨੇ ਸਾਰਾ ਇੱਕ ਹੀ ਖੂਨ ਰੱਖਿਆ। ਮਾਸ਼ਾਅੱਲਾ ਜ਼ਬਰਦਸਤ। ਉਸਤਾਦ ਜੀ ਬੜਾ ਅੱਛਾ ਬੰਦਾ, ਬੜਾ ਪਿਆਰਾ ਬੰਦਾ, ਔਰ ਦਿਲ ਦਾ ਸਾਫ਼, ਜ਼ੁਬਾਨ ਦਾ ਸਾਫ਼, ਨੀਅਤ ਦਾ ਚੰਗਾ, ਖਰਾ ਬੰਦਾ ਉਸਤਾਦ ਦਿਲਬਰ ਬੋਧੀ। ਕ੍ਰੋਸ ਚ ਉਸਤਾਦ ਜੀ? ਜੀ ਜੀ ਲਾਲਪੜੀ ਨਾ ਕ੍ਰਾਸ ਚ ਜੀ। ਠੀਕ, ਲਾਲਪੜੀ ਦਾ ਦਰਸ਼ਨ ਕਰਾ ਦਈਏ। ਕਰਾ ਦਿਓ, ਮੇਰੇ ਨਹੀਂ ਹੈ ਕਿ ਮੈਂ ਕਹਾਂ, ਮੇਰੇ ਮੋਤੀਆਂ ਵਾਲੇ ਤੇ ਪੈਂਦੇ। ਉਧਰ ਭਾਈ ਨੂੰ ਫੜਾਓ, ਕਰਾਏ ਸ਼ੌਪ, ਉਹ ਸਹੀ ਕਰਾ ਰਹੇ। ਮੈਂ ਤਾਂ ਲੈ ਕੇ ਕਰਾਏ ਕਬੂਤਰ। ਲੋ ਜੀ ਕੁੰਦਾ ਦਿਖਾਓ ਜੀ। ਠੀਕ ਹੋ ਗਿਆ ਸਰ, ਕਿੱਧਰ ਛੱਡਣਾ ਜੀ? ਉਧਰ ਬਣ ਜੂਗੇ ਨਾ, ਜਿੱਧਰ ਬਣ ਜੀ। ਇਹ ਅਸਲ ਨਿਕਲਿਆ ਬੈਕ ਥਰੋ ਹੋ ਕੇ ਨਾ। ਠੀਕ, ਮਾਸ਼ਾਅੱਲਾ ਗੁਲਾਬੀ ਕੜੀ ਕੂਸਰੀ ਦੀ ਲਾਦ ਹੈ। ਦੋ ਚਾਰ ਹੋਰ ਦਿਖਾ ਦੋ ਉਸਤਾਦ ਜੀ, ਬਸ ਠੀਕ ਹੋ ਗਿਆ, ਓਕੇ। ਮਾਸ਼ਾਅੱਲਾ ਦਿਖਾਓ ਫਿਰ, ਦਿਖਾਓ, ਲਿਆਓ ਲਿਆਓ, ਦੋ ਇੱਕ ਇੱਕ, ਦੋ ਦੋ ਤਿੰਨ ਤਿੰਨ ਲੈ ਆਓ ਨਾ। ਡਿਵਾਈਸ ਬੰਦ ਹੋ ਗਈ ਤੇ ਫਿਰ ਨੈੱਟ ਬੰਦ ਹੋ ਜਾਣਾ ਜੀ। ਚਲੋ ਮਾਸ਼ਾਅੱਲਾ ਜੀ, ਕੁੰਦਾ ਖੋਲ ਮਾਸ਼ਾਅੱਲਾ ਜੀ। ਉਸਤਾਦ ਦਾ ਨੰਬਰ 0376002042, ਜਿਹੜੇ ਦੋਸਤਾਂ ਨੇ ਰਾਬਤਾ ਕਰਨਾ, ਕਿਸੇ ਨੂੰ ਕੁਛ ਚਾਹੀਦੇ ਹੋਣ ਪਰਿੰਦੇ ਤੋਂ, ਉਹ ਰਾਬਤਾ ਕਰ ਸਕਦਾ।
ਕੁੰਡਾ ਖੋਲੋ ਜੀ ਇਹ ਦਿਖਾਓ ਫੜੋ ਤੁਸੀਂ ਕੈਮਰਾ ਜ਼ਰਾ ਮੈਂ ਸ਼ੌਕ ਕਰਾਇਆ ਇਹਦਾ ਲਓ ਜੀ ਬਾਕੀ ਬਹੁਤ ਅੱਛਾ ਪਰਿੰਦਾ ਇੱਕ ਹੀ ਸਾਰਾ ਖੂਨ ਆ ਸਾਥ ਹਾਂਜੀ ਠੀਕ ਹੈ ਜੀ ਠੀਕ ਹੈ ਸਰ ਠੀਕ ਹੈ ਭਾਈ ਛੱਡ ਦੋ ਓਕੇ ਇੱਧਰ 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 ਜਿੱਧਰੋਂ ਕੱਢੀ ਹਾਂਜੀ ਫਿਰੋਜ਼ਪੁਰੀ ਦਾ ਭਰਾ ਹੈ ਦਿਖਾਓ ਜੀ ਪਰ ਵੀ ਛੱਡੋ ਇੱਕ ਮਿੰਟ ਫੜਨਾ ਬਾਈ ਇੱਧਰ ਨੂੰ ਕਰਕੇ ਰੱਖੋ ਸਹੀ ਫੜ ਲਓ ਮੋੜ ਫੜ ਲਓ ਪਹਿਲਾਂ ਤੁਹਾਡੇ ਕਿੰਨਾ ਜਾਇਆ ਨਹੀਂ ਡਿੱਗਦਾ ਇਹ ਕਰਦਾ ਹੈ ਸਾਜੀ ਪੱਠਾ ਜੀ 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 ਮੈਂ ਦਿਖਾਉਂਦਾ ਇਨ ਸ਼ਾਅੱਲਾ ਧੋਣਾ ਵੀ ਪਾ ਲਾਗੇ ਜੋ ਕਰਦੇ ਇਹ 8-7 ਨੇ ਮੇਰੇ ਪੀਸ ਹੈ ਇੱਕੋ ਹੀ ਸ਼ਾਇ ਨੇ ਇਹ ਜਿਹੜਾ ਅੱਖ ਮਾਂ ਤੇ ਲੱਗ ਗਿਆ ਸੀਗਾ ਉਹ ਫੜੋ ਜੀ ਹੈਗਾ ਨਹੀਂ ਸਾਗਾ ਇਹ ਆਈ ਇਹ ਸਾਜੀ ਬੁਲਾਉਂ ਹੀ ਲਿਆ ਮੈਂ ਇਹ ਵੀ ਭਰਾ ਹੈ ਜੀ ਠੀਕ ਆਪਣੀ ਮਾਂ ਤੇ ਗਿਆ ਸਹੀ ਹੈ ਇਹ ਤੁਸੀਂ ਮੋਬਾਈਲ ਉਹਦੇ ਅੱਗੇ ਹੱਥ ਆ ਰਹੇ ਨਾ ਇਹਦੇ ਸਕਰੀਨ 'ਚੋਂ ਵੇਖੋ ਤੁਸੀਂ ਵੀ ਠੀਕ ਹੈ ਜਿੱਦਾਂ ਮੈਂ ਦੇਖਣਾ ਸਰ ਜੀ ਇਹ ਕਿੰਨੇ ਭੈਣ ਭਰਾ ਨੇ ਤੁਹਾਡੇ ਕੋਲ ਫਿਰੋਜ਼ਪੁਰੀਆਂ ਦੇ ਇਹ 7-8 ਨੇ ਜੀ ਆਪਣੇ ਕੋਲ ਉਹਦੀ ਲੈਣ ਲਾਈ ਜੀ ਅੱਖਾਂ ਦੀ ਹੈ ਜਾਂ ਬਾਕੀ ਦੀ ਸਪੈਸ਼ਲਿਟੀ ਕੀਤੀ ਹੋਈ ਹੈ ਬਾਕੀ ਰੰਗ ਪਰ ਕੀ ਹੋਏਗਾ ਬਾਕੀਆਂ ਦੀ ਤੁਸੀਂ ਚਿੱਟੀ ਕਰਤੀ ਸੀ ਵਿੱਚ ਪਾ ਕੇ ਕੁਛ ਹਾਂਜੀ ਇਹਨੂੰ ਹੁਣ ਚਿੱਟੀ ਅੱਖਾਂ ਲਾਉਣਾ ਲਾਓ ਬਿਸਮਿਲ੍ਲਾ ਬਿਸਮਿਲ੍ਲਾ ਲਾਓ ਹਾਂਜੀ ਗੁਲਾਬੀ ਕੜੀ ਠੀਕ ਹੈ ਜੀ ਕੁੰਦਾ ਕੋਲ ਠੀਕ ਹੋ ਗਿਆ ਮਾਸ਼ਾ ਕਿੱਦਾਂ ਛੱਡਣੀ ਆ ਜੀ ਇੱਕ ਵਾਰੀ ਵਾਪਸੀ ਆਉਂਦੇ ਹਾਂ ਜੀ ਆਪਣੇ ਮੋਤੀਆਂ ਵਾਲਿਆਂ ਦੇ ਆ ਜਾਓ ਯਾਦ ਹੋਏਗਾ ਉਸ ਕੋਠੇ ਦੇ ਕਬੂਤਰ ਨੂੰ ਫੜਫੜ ਵੇਖਦੇ ਤੁਸੀਂ ਉਹਦੇ ਡਾਇਰੈਕਟ ਪੁੱਤਰ ਕੀ ਬਾਤ ਅੱਛਾ ਜੀ ਹਾਂਜੀ ਜਿਹੜਾ ਤੁਸੀਂ ਬਾਰ ਬਾਰ ਪੁੱਛਦੇ ਸੀ ਉਸਤਾਦ ਜੀ ਆਹ ਫੜੋ ਆਹ ਭਾਈ ਫੜਿਓ ਤੁਸੀਂ ਕੋਈ ਚਿੱਟੇ ਦੇ ਨਹੀਂ ਕੋਈ ਉਹਦੇ ਨਹੀਂ ਉਸੇ ਕਬੂਤਰ ਦੇ ਬੱਚੇ ਜਵਾਦ ਨੂੰ ਇਹਨਾਂ ਦਾ ਵੱਡਾ ਪੱਠਾ ਗਿਆ ਸੀ ਇਹਨਾਂ ਦਾ ਭਰਾ ਬਹੁਤ ਹੀ ਆਲਾ ਲਓ ਸਰ
ਆ ਰਹੇ ਸਕਰੀਨ 'ਚ ਤੁਹਾਨੂੰ ਨਜ਼ਰ? ਹਾਂਜੀ ਹਾਂਜੀ ਸ਼ਾਹ ਜੀ, ਬਾਕੀ ਕਬੂਤਰ ਪਿਆਰ ਵਾਲੇ ਹੀ ਹੈ ਇਹ ਵੀ ਇਹਨਾਂ ਦੇ ਭਰਾ ਮਾਦੀ ਹੋਰ ਤੇ ਨਾਰੋ ਹੋਈ ਨਾਰ ਐਸਾ ਸੀ ਨਾ ਉਹ ਸਤਾਰ ਜੀ ਦਿਖਾਓ ਇਹ ਮੇਰੇ ਦੋਸਤ ਨੇ ਉਸਤਾਦ ਚਮਨ ਅਖਤਰ ਬਾਬਾ ਚੱਕ ਸਰਗੁਜਾ ਰੋਡ ਠੀਕ ਹੈ ਜੀ ਫੈਸਲਾਬਾਦ ਔਰ ਇੰਤਹਾਈ ਇਹਨਾਂ ਦੀ ਦੋਸਤੀ ਔਰ ਪਿਆਰ ਮੇਰੇ ਨਾਲ ਜੀ ਬੜਾ ਇਹਨਾਂ ਨੇ ਮੇਰਾ ਕਬੂਤਰ ਭਾਈ ਸਾਥ ਦਿੱਤਾ ਹੋਇਆ ਜ਼ਬਰਦਸਤ ਦੋਸਤ ਯਾਰ ਹਟਦੇ ਨਹੀਂ ਲਾਈਵ ਦੇ ਵਿੱਚ ਵੀ ਮੀਆਂ ਸ਼ਮਸ਼ੇਰ ਸਾਹਿਬ ਵੀ ਨੇ ਮੀਆਂ ਆਦਿਲ ਸਾਹਿਬ ਵੀ ਨਾਲ ਲਾਈਵ ਨੇ ਮਾਸ਼ਾਅੱਲਾ ਜੀ ਹਾਫਜ਼ ਸਾਹਿਬ ਵੀ ਆ ਗਏ ਹਾਫਜ਼ ਫੁਰਕਾਨ ਸਾਹਿਬ ਮਾਸ਼ਾਅੱਲਾ ਠੀਕ ਹੋ ਗਿਆ ਸਰ ਠੀਕ ਹੋ ਗਿਆ ਸਰਕਾਰ ਸਾਹ ਜੀ ਦੋਸਤ ਨੇ ਕੀ ਕਿਹਾ ਸੀ ਰਾਤਾਂ ਪਾ ਦੇਗਾ ਜੀ ਇਹਨਾਂ ਦੇ ਮੈਂ ਭੈਣ ਭਰਾ ਉਡਾਏ ਆ ਸ਼ਾਮ ਪਾਏ ਬਾਣੀ ਚ ਰਾਤ ਪਾਉਂਦੇ ਜੇ ਕਬੂਤਰ ਮੈਂ ਦੱਸਦਾ ਜਨਾਬ ਜਨਾਬ ਮੀਆਂ ਆਸਮ ਸਾਹਿਬ ਨੇ ਮੇਰੇ ਦੋਸਤ ਮੱਕੂਆਂ ਨੇ ਰਹਿੰਦੇ ਜਨਾਬ ਦੇ ਵਾਲੀ ਉਹਨਾਂ ਦੇ ਹੋਗਨ ਕਬੂਤਰ ਨੇ ਜਿਹਨੂੰ ਵੀ ਉਸ ਦੋਸਤ ਨੇ ਉਹ ਵੇਚਦਾ ਨਹੀਂ ਹੈ ਕਬੂਤਰ ਜਿਹਨੂੰ ਵੀ ਕੋਈ ਬੱਚਾ ਜਾਂ ਪਰਿੰਦਾ ਦਿੱਤਾ ਇਨਸ਼ਾਅੱਲਾ ਉਹਨੇ ਆਉਣ ਦੀ ਰਿਕਾਰਡ ਮੇਰੇ ਕੋਲ 46 ਟੈਂਪਰੇਚਰ ਸ਼ਾਮ ਤੱਕ ਬੈਠੇ ਇੱਕ ਦੋਸਤ ਛੱਤ 'ਤੇ ਸ਼ਿਗਰ ਦੀ ਛੱਤ 'ਤੇ 46 'ਚ ਸ਼ਾਮ ਤੱਕ ਬੈਠੇ ਅਤੇ ਦਿਖਾਉਣ ਵਾਸਤੇ ਮੀਆਂ ਆਸਮ ਸਾਹਿਬ ਦਾ ਤੁਹਾਡੇ ਕਬੂਤਰ ਦਾ ਦਰਸ਼ਨ ਕਰਾ ਰਿਹਾ ਹੋਗਨ ਦਾ ਇਹ ਮੇਰੇ ਵਾਸਤੇ ਜ਼ਰੂਰੀ ਹੋ ਗਿਆ ਸੀ ਇਹਦੇ ਹਨ ਭਾਈ ਮੇਰੇ ਕੋਲ ਅੱਜ ਆਏ ਆ ਅਤੇ ਮੈਂ ਕਬੂਤਰਾਂ ਦਾ ਸਮਾਂ ਦਿੱਤਾ ਵੀ ਚੰਗੀ ਗੱਲ ਨਹੀਂ ਜੀ ਮਿਹਰਬਾਨੀ ਲਓ ਸਾਹ ਜੀ ਆ ਜਾਓ ਫਿਰ ਗੱਪ ਸ਼ੱਪ ਲਾਈਏ ਬਥੇਰੇ ਹੋ ਗਏ ਕਬੂਤਰ ਉਧਰੋਂ ਚੂਹੇ ਵਾਲਾ ਚੂਹਾ ਕਬੂਤਰ ਇੱਧਰੋਂ ਮੈਨੂੰ ਦਿਖਾਓ ਇਹਨਾਂ ਦਾ ਮੈਂ ਅੰਦਰ ਬਾਹਰੋਂ ਸਾਰਿਆਂ ਦਾ ਵਿਊ ਦਿਖਾਉਂਦਾ ਸਾਹ ਜੀ ਇਹ ਜੀ ਉਸਤਾਦ ਦਿਲਬਰ ਦੇ ਕੜੀ ਵਾਲੇ ਕਬੂਤਰ ਨੇ ਸਾਰੇ ਇਹ ਉੱਤੇ ਵੀ ਬੈਠੇ ਨੇ ਹਜੇ ਤਾਂ ਅੱਧੇ ਕਬੂਤਰ ਅੰਦਰ ਵੀ ਨੇ ਇੱਧਰ ਵੀ ਨੇ ਕੁਛ ਅਤੇ ਕੁਛ ਉੱਧਰ ਵੀ ਨੇ
ਸਾਰੇ ਉਸਤਾਦ ਨੇ ਮਾਸ਼ਾਅੱਲਾ ਇੱਕੋ ਨਸਲ ਬਣਾਈ ਹੈ ਔਰ ਬਹੁਤ ਆਲਾ ਬਣਾਈ ਹੈ। ਮੇਰੇ ਦੋਸਤ ਜਿਹੜੇ ਕੋਈ ਮਾੜੇ ਬੰਦਿਆਂ ਦੇ ਸ਼ਾਮ ਨਹੀਂ ਬੰਦੇ ਮੇਰੇ ਕੋਲ ਬੱਚੇ ਲੈ ਜਾਇਓ ਕਢਾਉਂਗਾ ਹੁਣ ਤੇ ਭਾਵੇਂ ਸ਼ਾਮਾਂ ਨੂੰ ਇੰਨਾ ਹੀ ਦਿਖਾਉਣਾ ਬਸ ਕੋਈ ਪਰ ਨਹੀਂ ਖੋਲਣਾ ਫਿਰ ਲਓ ਜੀ ਪਰ ਨਹੀਂ ਖੋਲਣਾ ਸਿਰਫ ਵਕਤ ਦਿਖਾਉਣੀ ਹੈ ਕਿਉਂਕਿ ਲੈਣ ਵਾਸਤੇ ਬੜੇ ਬੰਦੇ ਤਿਆਰ ਨੇ ਦੇਣਾ ਨਹੀਂ ਠੀਕ ਹੋ ਗਿਆ ਜੀ ਇਹ ਵੈਸੇ ਜੀ ਸਰਦਾਰ ਹੋਣਾ ਨੇ ਕਿਹਾ ਸੀ ਕਿ ਇੱਕ ਚੂਹੇ ਕਬੂਤਰ ਦਾ ਸ਼ੌਕ ਕਰਾ ਦਿਓ ਇਹ ਜੇ ਚੂਹੇ ਕਬੂਤਰਾਂ ਦੀ ਅੱਖ ਉਹ ਵੀ ਚੂਹੇ ਹੀ ਆ ਮੋਤੀਆਂ ਵਾਲੇ ਜਿਹੜੇ ਚਿੱਟੇ ਦਿਖਾਏ ਆ ਤੁਹਾਨੂੰ ਪਤਾ ਹੀ ਹੈ ਚੂਹੇ ਦੇ ਬੱਚੇ ਹੋ ਪਹਿਲੇ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਛੋਟਾ ਜਿਹਾ ਇੱਕ ਤੁਹਾਡਾ ਹੋਰ ਮੈਂ ਪੁੱਛਣਾ ਚਾਹਾਂਗਾ ਤੁਸੀਂ ਪੁਰਾਣੇ ਬੰਦੇ ਹੋ ਤੇ ਕਬੂਤਰਬਾਜ਼ੀ 'ਚ ਤੁਹਾਡਾ ਆਈਡੀਅਲ ਕੌਣ ਹੈ ਜੀ ਮੇਰੇ ਆਈਡੀਅਲ ਮੇਰੇ ਬੋਸ ਜਨਾਬ ਚੌਰੀ ਕਮਰ ਜਮਾਨ ਮਾਨ ਸਾਹਿਬ ਜੋ ਕਿ ਫੈਸਲਾਬਾਦ ਦੀ ਵੀ ਸ਼ਾਨ ਅਤੇ ਜਿਨ੍ਹਾਂ ਨੇ ਰੁਸਤਮ ਦਾ ਵੀ ਟਾਈਟਲ ਲਿਆ ਚੈਂਪੀਅਨ ਵੀ ਰਹੇ ਔਰ ਇਨਸ਼ਾਅੱਲਾ ਸਿਆਲਕੋਟ ਨੂੰ ਵੀ ਜਿੱਤਿਆ ਗੁਜਰਾਂਵਾਲਾ ਵੀ ਜਿੱਤਿਆ ਔਰ ਵੈਸੇ ਹੀ ਸਾਡੇ ਬਜ਼ੁਰਗ ਨੇ ਸਭ ਤੋਂ ਪਹਿਲੇ ਕਾਠੀ ਉਹਨਾਂ ਕੋਲ ਹੁੰਦੇ ਸੀ ਸਭ ਕੁਝ ਹੁੰਦਾ ਸੀ ਹਮਾਰੇ ਸਾਡੇ ਲਈ ਤਾਂ ਬੜੇ ਮੁਸਲਮ ਨੇ ਮੇਰੇ ਆਈਡੀਅਲ ਨੇ ਨੰਬਰ ਇੱਕ ਤੋਂ ਮੀਆਂ ਹਸਨ ਸਾਹਿਬ ਜਿਹੜੇ ਨੇ ਉਹ ਮੇਰੇ ਯਾਰ ਦੇ ਮਾਮੇ ਪਤਕਾਰ ਦੇ ਭਾਣਜੇ ਨੇ ਮੇਰੀ ਤਾਂ ਅੱਜ ਤੱਕ ਮੁਲਾਕਾਤ ਨੂੰ ਲੇਕਿਨ ਮੇਰੇ ਆਈਡੀਅਲ ਨੇ ਹੋਗੇ ਮਾਮਾ ਪਤਕਾਰ ਦੀ ਵਜ੍ਹਾ ਤੋਂ ਮੈਂ ਉਹਨਾਂ ਨਾਲ ਦਿਲੀ ਮੁਹੱਬਤ ਕਰਦਾ ਅਤੇ ਮੀਆਂ ਅਸਮਾਇਲ ਸਾਹਿਬ ਅੱਲਾ ਉਹਨਾਂ ਨੂੰ ਹਯਾਤੀ ਦੇਵੇ ਬਹੁਤ ਹੀ ਫਰਾਕਦਿਲ ਇਨਸਾਨ ਨੇ ਬਹੁਤ ਅੱਛੇ ਇਨਸਾਨ ਨੇ ਹਸਨ ਸਾਹਿਬ ਅਤੇ ਸ਼ਾਇਦ ਤੁਸੀਂ ਵੀ ਗਏ ਹੋਵੋਗੇ ਜਦੋਂ ਇੱਕ ਮੇਰੇ ਬੱਚੇ ਦੀ ਤਸਵੀਰ ਦਿੱਤੀ ਸੀ ਚਿੱਟੇ ਕਬੂਤਰ ਦੀ ਤਸਵੀਰ ਵੀ ਉਦੋਂ ਖਿੱਚੀ ਸੀ ਮੈਂ ਬੱਚਾ ਵੀ ਲੈ ਗਿਆ ਸੀ ਉਹ ਤਸਵੀਰ ਵੀ ਦਿੱਤੀ ਬਹੁਤ ਆਲਾ ਸ਼ਖਸੀਅਤ ਨੇ ਮੇਰੇ ਆਈਡੀਅਲ ਬੰਦੇ ਨੇ ਬੜੀ ਗੱਲ ਫੈਸਲਾਬਾਦ ਦੇ ਵਿੱਚ ਮੇਰੇ ਦੋਸਤ ਨੇ ਬਹੁਤ ਸਾਰੇ ਅੱਛੇ ਲੋਕ ਨੇ ਪਿਆਰ ਮੁਹੱਬਤ ਕਰਨ ਵਾਲੇ ਔਰ ਸਾਰੇ ਪਿਆਰ ਵਾਲਿਆਂ ਦਾ ਨਾਂ ਲੈ ਦਿਓ ਉਸਤਾਦ ਜੀ ਦੇਖੋ ਜੀ ਮਿਲਤ ਰੋਡ ਦੇ ਜਿਹੜੇ ਉਸਤਾਦ ਨੇ ਸਾਹਿਬਾਨ ਸਾਰੇ ਹੀ ਮੇਰੇ ਦੋਸਤ ਨੇ ਉਸਤਾਦ ਸ਼ੌਕਤ ਸੀਨੀਅਰ ਨੇ ਸਾਡੇ ਤੋਂ ਅਤੇ ਬਾਕੀ ਸਾਡਾ ਸਰਗੁਜ਼ਾਰ ਹੋਣ ਵੀ ਉਸਤਾਦਾਂ ਨਾਲ ਬਾਕੀ ਜਿੰਨੇ ਵੀ ਦੋਸਤ ਨੇ ਨਾ ਜੂਨੀਅਰ ਉਸਤਾਦ ਸੀਨੀਅਰ ਉਸਤਾਦਾਂ ਦੀ ਮੈਂ ਅੱਜ ਤੱਕ ਇਨਸ਼ਾਅੱਲਾ ਗੋਡੇ ਹੱਥ ਲਾ ਕੇ ਮਿਲਦਾ ਵਾਂ ਹੋਰ ਇਹੀ ਫੈਜ਼ ਹੁੰਦਾ ਵਾ ਇਹੀ ਤਮੀਜ਼ ਆ ਬੜੀ ਗੱਲ ਇੰਨਾ ਸਾਰਾ ਕੰਮ ਆ ਬਾਕੀ ਫੈਸਲਾਬਾਦ ਦੇ ਵਿੱਚ ਕਬੂਤਰਬਾਜ਼ੀ ਦੇ ਹਵਾਲੇ ਨਾਲ ਬਹੁਤ ਅੱਗੇ ਕਬੂਤਰਬਾਜ਼ੀ ਅਤੇ ਤੁਸੀਂ ਸ਼ਾਗਿਰਦ ਘੱਟ ਕਰਦੇ ਹੋ ਕੀ ਵਜ੍ਹਾ ਹੈ ਜੀ ਉਹ ਸ਼ਾਗਿਰਦ ਉਸਤਾਦ ਜੀ ਬਸ ਸ਼ਾਗਿਰਦਾਂ ਦੇ ਵੱਸਦਾ ਰੋਗ ਹੀ ਨਹੀਂ ਅੱਛਾ ਜੀ ਦੇਖੋ ਮੈਂ ਥੋੜ੍ਹੀ ਜਿਹੀ ਗੱਲ ਸੁਣਾਵਾਂ ਸੁਣਾਓ ਮੈਂ 82 ਸ਼ਾਗਿਰਦ ਹੋਇਆ 83 ਜੀ ਬਾਜ਼ੀ ਹਰ ਗਿਆ ਸ਼ਾਗਿਰਦ ਹੋ ਕੇ ਬਾਜ਼ੀ ਹਰ ਗਿਆ ਕਬੂਤਰ ਮੇਰੇ ਕਿੰਨੇ ਵਜੇ ਬੈਠੇ 7 ਵਜੇ ਸੁਬਹ ਮੇਰੇ ਉਸਤਾਦ ਸਾਹਿਬਾਨ ਨੇ ਕੋਈ ਬੰਦੇ ਭੇਜੇ ਕਬੂਤਰ ਮੇਰੇ ਆਊਟ ਹੋ ਗਏ ਠੀਕ ਹੈ 84 ਬਾਜ਼ੀ ਹਰਿਆ 84 ਬਾਜ਼ੀ ਹਰ ਗਿਆ ਫਿਰ ਬਾਜ਼ੀ ਹਰ ਲਿਆ ਸੀਗਾ ਲਾਹੌਰ ਵਾਲੇ ਉਸਤਾਦ ਮੈਂ ਸਦੀਕ ਸਾਹਿਬ ਉੱਥੇ ਬੈਠੇ ਸੀ ਚਨੋਟ ਉਹਨੇ ਮੇਰੇ ਉਸਤਾਦ ਨੂੰ ਖਿੱਚ ਕੇ ਕਿਹਾ ਕਿ ਜਾ ਇਹ ਬਾਜ਼ੀ ਹਰ ਲਿਆ ਤੂੰ ਸ਼ਾਗਿਰਦ ਨਹੀਂ ਕੀਤਾ ਕੱਪੜੇ ਤੂੰ ਨਹੀਂ ਲਏ ਸੀ ਮੈਂ ਵੀ ਲਏ ਉਹਨੇ ਸਾਡੇ ਘਰ ਤੱਕ ਕੱਪੜੇ ਭੇਜੇ ਸੂਟ ਭੇਜੇ ਮਿਠਾਈਆਂ ਭੇਜੀਆਂ ਅਤੇ ਤੂੰ ਮੇਰੇ ਕਬੂਤਰ ਲਾ ਜਾ ਕੇ ਫਿਰ ਮੈਂ ਬਾਜ਼ੀ ਜਿੱਤਿਆ 2 ਸਾਲ ਦਾ ਖਿਲਾਫ ਆ ਕੇ ਜ਼ਹਿਨ ਹਕੀਕਤ ਬਾਤ ਆ ਮੇਰਾ ਭਾਈ ਬੈਠਾ ਇਸ ਇਲਾਕੇ ਨੂੰ ਪਤਾ ਵੀ ਹੈ 2 ਸਾਲ ਦਾ ਖਿਲਾਫ ਮੈਂ ਖਿਲਾਫਤ ਲਈ ਖੁਦਾ ਦੀ ਕਸਮ ਉਹੀ ਕਬੂਤਰ ਸ਼ਾਮ ਨੂੰ ਬੈਠੇ ਸ਼ਾਗਿਰਦਾਂ ਦੇ ਵਾਸਤਾ ਰੋਗ ਹੀ ਨਹੀਂ ਹੈ ਉਹੀ ਕਬੂਤਰ ਜਿਹੜੇ ਸੁਬਹਾ 7 ਵਜੇ ਬੈਠੇ ਉਹੀ ਕਬੂਤਰੀ ਸ਼ਾਮ 7 ਵਜੇ ਬੈਠੇ ਪਰ ਕਹਿੰਦੀ ਸੀ ਹੱਟ ਜਾ ਮੇਰੀ ਜੋਰ ਤੋਂ ਉਹ ਮਿਹਨਤ ਉਹ ਪਿਆਰ ਮੁਹੱਬਤ ਦੇਖੋ ਆਹ ਮੈਂ ਦਾਲ ਖਾ ਰਿਹਾ ਤੁਹਾਨੂੰ ਕਿਹਾ ਖਾ ਲਓ ਮੈਂ ਤਾਂ ਆਹ ਕਬੂਤਰਾਂ ਨੂੰ ਪਾ ਦਿੰਦਾ ਮਲੂਕ ਪਾ ਦਿਓ ਅੰਜੀਰ ਪਾ ਦਿਓ ਯਾਨੀ ਸਰਦੀਆਂ 'ਚ ਬਹੁਤ ਤਾਕਤਵਰ ਚੀਜ਼ਾਂ ਕਬੂਤਰਾਂ ਨੂੰ ਪਾਈਆਂ ਗਈਆਂ ਔਰ ਕਬੂਤਰ ਆਪਣੀ ਹੀ ਤਾਕਤ ਨਾਲ ਉੱਡ ਗਏ ਗੋਲੀ ਪਾਣੀ ਤਾਂ ਬਹੁਤ ਦੇਰ ਦੀ ਗੱਲ ਜੀ ਜੇ ਕਿਸੇ ਬੰਦੇ ਨੂੰ ਕੋਈ ਗੱਲ ਤੁਹਾਡੇ ਕੋਲ ਪੁੱਛਣੀ ਹੋਵੇ ਦੱਸ ਦੋਗੇ ਇਨਸ਼ਾਅੱਲਾ ਜੋ ਮੇਰੇ ਲਮਚ ਹੋਏਗਾ ਉਹ ਮੈਂ ਇਨਕਾਰ ਨਹੀਂ ਕਰ ਰਿਹਾ ਕਿਉਂਕਿ ਲੋਕ ਪੁੱਛਦੇ ਆ ਮੇਰੇ ਕੋਲ ਹੁਣ ਤੁਸੀਂ ਮਾਸ਼ਾਅੱਲਾ ਮੇਰਾ ਤਾਰਫ ਤਾਂ ਵਾਹਵਾ ਅੱਗੇ ਵੀ ਸੀ ਅਤੇ ਨੈੱਟ 'ਤੇ ਚੜ੍ਹ ਕੇ ਤੁਸੀਂ ਮੈਨੂੰ ਵਕਤ ਹੀ ਪਾਤਾ ਅਤੇ ਮੈਂ ਕਦੀ ਬੇਈਮਾਨੀ ਨਾਲ ਦੱਸਿਆ ਨਹੀਂ ਕਿਸੇ ਦਾ ਭਲਾ ਹੋ ਜਾਵੇ ਅਤੇ ਇਹ ਹੀ ਨਹੀਂ ਕੀ ਆਪਣਾ ਨੰਬਰ ਦੁਬਾਰਾ ਦੱਸੋ 0300 76 00 242 ਅਤੇ ਉਹ ਮੇਰਾ ਇੱਕ ਬੱਚਾ ਵਾ ਛੋਟਾ ਵਾ ਵੀਰ ਹੈ ਸਾਊਦੀ ਅਰਬ ਹੁੰਦਾ ਵਾ ਉਹ ਕਬੂਤਰ ਦੇਖੇਗਾ ਬਾਬਰ ਆਪਣਾ ਆਪਣੇ ਉਸਤਾਦ ਦੇ ਬਜ਼ੁਰਗ ਦੇ ਕਬੂਤਰ ਦੇਖ ਲਈ ਯਾਰ ਅੱਜ ਦੇ ਆਪਣਾ ਘਰ ਵੀ ਦੇਖ ਲਈ ਬੜੀ ਚਾਹਤ ਸੀ ਤੈਨੂੰ ਉਸਤਾਦ ਜੀ ਮੋਬਾਇਲ 'ਤੇ ਨੈੱਟ 'ਤੇ ਚੜ੍ਹੋ ਕਬੂਤਰ ਮੈਂ ਦੇਖਣੇ ਆਪਣਾ ਜੇ ਵੋ ਮੈਂ ਤਾਂ ਸ਼ੌਕ ਨਹੀਂ ਕਰਦਾ ਇਸ ਟੱਚ ਮੋਬਾਇਲ ਦਾ ਅਤੇ ਮੈਂ ਮੇਰਾ ਛੋਟਾ ਵੀਰ ਆ ਜ਼ਹਿਨ ਜਦੋਂ ਇਹਨੂੰ ਕਹੀਏ ਵੈਸੇ ਹੀ ਆ ਜਾਂਦਾ ਮੁਹੱਬਤ ਆ ਪਿਆਰ ਇਸ ਤਰ੍ਹਾਂ ਹੀ ਹੈ ਉਸਤਾਦ ਠੀਕ ਹੈ ਨਾ ਜੀ
ਅਤੇ ਬਾਕੀ ਜਿਹੜੇ ਮੇਰੇ ਦੋਸਤ ਨੇ ਗੁਜਰਾਤ ਹੋ ਗਿਆ, ਪਿੰਡੀ ਹੋ ਗਈ, ਹੋਰ ਇਲਾਕਿਆਂ ਸ਼ਹਿਰਾਂ 'ਚ, ਉਹਨਾਂ ਨੇ ਭਾਈ ਮੇਰਾ ਸਲਾਮ। ਚੌੜੀ ਨੇਮ ਸਾਹਿਬ ਤੁਹਾਨੂੰ ਵੀ ਬਹੁਤ ਬਹੁਤ ਸਲਾਮ ਜਨਾਬ ਕਾਲੇ ਵਾਲਿਓ। ਸਾਜੀ ਆ ਮੇਰੇ ਦੋਸਤ ਨੇ ਮੀਆਂ ਸ਼ਮਸ਼ੇਰ, ਉਹਨਾਂ ਨੂੰ ਜ਼ਰਾ ਸਲਾਮ ਕਹਿ ਦਿਓ। ਮੀਆਂ ਸਾਹਿਬ ਸਲਾਮ ਵਾਲਿਆ, ਮੀਆਂ ਸ਼ਮਸ਼ੇਰ ਸਾਹਿਬ, ਜਿੰਨੇ ਵੀ ਜ਼ੈਨ ਸਾਹਿਬ ਦੇ ਦੋਸਤ ਆ ਬਾਈ, ਅੱਲਾਹ ਹਰ ਕਿਸੇ ਦੀ ਜ਼ਿੰਦਗੀ ਕਰੇ, ਕਾਰੋਬਾਰ ਤਰੱਕੀ ਦੇਵੇ, ਆਮੀਨ। ਅਤੇ ਕਬੂਤਰ ਬਾਈ ਤਾਂ ਦਿਹਾਤ ਦੇਵੇ ਕਿ ਸੁੱਚੀ ਜੀ ਕਬੂਤਰ ਬਾਜੀ ਡਾਵੇ ਹਰ ਇਨਸਾਨ, ਉਸਤਾਦ ਆ ਜਾਂ ਸ਼ਗਿਰਦਾ ਰੌਲਾ ਨਾ ਪਾਵੇ। ਬੜੀ ਮਿਹਨਤ ਕੀਤੀ ਹੁੰਦੀ ਪਰਿੰਦਿਆਂ 'ਤੇ, ਪੂਰਾ ਸਾਲ ਮਿਹਨਤ ਕਰਨੀ, ਦੋ ਨੰਬਰ ਕਰਕੇ ਕਬੂਤਰ ਬਾਈ ਜਿਸ ਤਰ੍ਹਾਂ ਨਹੀਂ ਇਹ ਸਮਝੋ ਗੱਲ ਬਾਹਰ ਰਹੀ, ਅਤੇ ਇਨਸ਼ਾਅੱਲਾ ਹੁਣ ਤਾਂ ਹਦਾਇਤ ਬਹੁਤ ਸਾਰੀ ਦੁਨੀਆਂ ਨੂੰ, ਕਿਉਂਕਿ ਉਸਤਾਦਾਂ ਦਾ ਉੱਤੇ ਪਹਿਰਾ, ਉਸਤਾਦ ਉੱਤੇ ਡਿਊਟੀ ਦਿੰਦੇ ਨੇ, ਅਤੇ ਕਬੂਤਰਬਾਜ਼ੀ ਅੱਛੀ ਹੋ ਰਹੀ ਹੈ। ਕਦੀ ਕਿਸੇ ਜ਼ਮਾਨੇ 'ਚ ਕਹਿੰਦੇ ਸੀ ਇਹਨੂੰ ਰਿਸ਼ਤਾ ਨਾ ਦਿਓ, ਇਹ ਕਬੂਤਰਬਾਜ਼ ਆ, ਉਹ ਮੈਂ ਜੰਗਲਾਂ 'ਚ ਗਿਆ ਉੱਥੇ ਕਬੂਤਰ, ਮੈਂ ਪਹਾੜਾਂ 'ਚ ਗਿਆ ਉੱਥੇ ਕਬੂਤਰਬਾਜ਼ੀਆਂ ਉੱਡਦੀਆਂ ਰਹੀਆਂ, ਕਾਫੀ ਸੈਰ ਕੀਤੀ ਹੈ। ਹੁਣ ਤਾਂ ਕਬੂਤਰਬਾਜ਼ੀ ਦਾ ਸ਼ੌਕ ਇਤਨਾ ਵਸੀ ਹੋ ਗਿਆ ਕਿ ਜਿੱਥੇ ਜਾਓ ਕਬੂਤਰਬਾਜ਼ੀ ਉਸਤਾਦ ਦੀ ਸ਼ਗਿਰਦ ਦੀ ਬਾਜ਼ੀ ਉੱਡ ਗਈ। ਅੱਲਾ ਇਹਨਾਂ ਕਬੂਤਰਬਾਜ਼ਾਂ ਨੂੰ ਤਰੱਕੀ ਦੇਵੇ ਯਾਰ, ਕਬੂਤਰ ਡਾਊਨ 'ਚ ਵੀ, ਉਹ ਦੌਲਤ ਤੋਂ ਵੀ, ਕਿਉਂਕਿ ਦੌਲਤ ਦਾ ਖਰਚਾ, ਹਾਂ ਇਹ ਖਰਚਾ ਹੈ, ਅੱਲਾ ਨੂੰ ਇਹਨਾਂ ਦਾ ਜਿਹੜਾ ਰਿਜ਼ਕ ਆ ਕਬੂਤਰਾਂ ਦਾ ਉਹ ਇਜ਼ਾਫੀ ਦੇਈ ਜਾਵੇ, ਅਤੇ ਸ਼ੌਕ ਕਰਦੇ ਰਹਿਣ, ਹਮੇਸ਼ਾ ਇਹ ਸਿਲਸਿਲਾ ਜਾਰੀ ਰਹੇ। ਹੋਰ ਸਾਨੂੰ ਤਾਂ ਬੜਾ ਮਜ਼ਾ ਆਉਂਦਾ ਵਾ, ਕਬੂਤਰ ਨਾ ਮਿਟਾਈਏ ਕਿਸੇ ਦੇ ਸਾਲ 'ਚ, ਤਾਂ ਕਿਸੇ ਨਾ ਕਿਸੇ ਦੇਖੀ ਦੇ ਦੂਰ, ਚਲੋ ਅੱਛੇ ਉੱਡ ਰਹੇ। ਬਾਕੀ ਮੇਰੇ ਭਾਈ ਆ, ਬੰਦਾ ਵੀ ਨਾ ਚੀਜ਼ ਅਤੇ ਪਰਿੰਦੇ ਵੀ ਨਾ ਚੀਜ਼, ਬਿਲਕੁਲ ਠੀਕ। ਜਵਾਦ ਸਾਹਿਬ ਨੂੰ ਦਿੱਤੇ ਸੀ, ਇਨਸ਼ਾਅੱਲਾ ਪਿਛਲਾ ਸਾਲ ਉਹ ਟੈਲੀਫੋਨ ਕਰਦਾ ਰਿਹਾ, ਸਾਹ ਜੀ ਤੁਹਾਡੇ 5 ਵਜੇ 6 ਵਜੇ ਬੈਠ ਰਹੇ, ਮੈਂ ਕਿਹਾ ਜਵਾਦ ਸਾਹਿਬ ਤੁਹਾਡੇ ਨੇ, ਮੇਰੇ ਨੇ। ਜਵਾਦ ਭਾਈ ਨੂੰ ਲੈ ਕੇ ਕਿਹਨੇ ਦਿੱਤੇ ਤੁਹਾਡੇ ਕੋਲ? ਜਨਾਬ ਜ਼ੈਨ ਸਾਹਿਬ ਨੇ, ਜ਼ੈਨ ਚੱਟ ਸਾਹਿਬ ਨੇ ਜੀ, ਇਸੇ ਹੀ ਜ਼ੈਨ ਸਾਹਿਬ ਨੇ ਲੈ ਕੇ ਦਿੱਤੇ ਸੀਗੇ, ਅਤੇ ਬੜੇ ਔਖੇ ਹਾਂ ਅਤੇ ਬੜੇ ਹਾਂ। ਸਾਹ ਜੀ ਤੁਸੀਂ ਤਾਂ ਉਹਨਾਂ ਨੂੰ ਦਬਕੇ ਵੀ ਮਾਰਨ ਡਿਆ ਸੀ, ਅਤੇ ਮੈਂ ਤੁਹਾਡਾ ਮਿੰਤਰਲਾ ਕਰਕੇ, ਮੈਂ ਕਿਹਾ ਜਾਣ ਦਿਓ ਬੰਦੇ ਬੜੀ ਦੂਰ ਆ। ਮੋਤੀਆਂ ਵਾਲਿਆ ਜਿਹੜੇ ਮੈਂ ਤੁਹਾਨੂੰ ਬਾਅਦ ਚਿੱਟੇ ਦਿਖਾਏ, ਅਤੇ ਉਹ ਪਹਿਲੇ ਦੋ ਦਿਖਾਤੇ ਆ, ਆਹ ਮਾਦੀਆਂ ਭੈਣਾਂ ਵੀ ਇਹਨਾਂ ਦੀਆਂ ਫਿਰਦੀਆਂ, ਪੱਠੀਆਂ ਵੀ ਫਿਰਦੀਆਂ। ਅਸਲੇ ਮੇਰੇ ਉਸਤਾਦ ਨੇ ਮੈਨੂੰ ਜੋੜਾ ਦਿੱਤਾ ਸੀ, ਅੱਜ ਤੱਕ ਮੇਰੇ ਕੋਲ ਚਲੇ ਆ ਰਹੇ, ਲੇਕਿਨ ਹੁਣ ਰੀਜਨਲ ਰਹੀ ਆ, ਕਰਾਸ ਬਣਾਉਣ ਲਾਜ਼ਮੀ ਦੇ ਲੈਣਾ, ਲੇਕਿਨ ਆਪਣੀ ਸੋਚ ਦੇ ਮੁਤਾਬਕ। ਬੜੀ ਗੱਲ, ਬੜੀ ਗੱਲ, ਠੀਕ ਹੈ ਨਾ, ਰੀਜਨਲ ਰਹੀ ਆ। ਤੇ ਜਿਹੜਾ ਸਬਕ ਆ ਕਬੂਤਰ ਬਾਈ ਦਾ, ਮੀਆਂ ਸਾਹਿਬ ਵੀ ਤੁਹਾਨੂੰ ਸਲਾਮ ਕਹਿ ਰਹੇ, ਮੀਆਂ ਸ਼ਮਸ਼ੇਰ ਸਾਹਿਬ, ਮੀਆਂ ਸਾਹਿਬ ਸਲਾਮ ਅਲੈਕੁਮ, ਵਾਲ ਅਕਮ ਸਲਾਮ ਜਨਾਬ, ਹਜ਼ੂਰ ਜ਼ਿੰਦਾਬਾਦ। ਲੋ ਸਾਜੀ ਫਿਰ ਪਾਕਿਸਤਾਨ ਜ਼ਿੰਦਾਬਾਦ। ਓਕੇ।